ਠੀਕ ਹੈ ਮੇਰੇ ਦੋਸਤੋ, ਕੀ ਹਾਲ ਨੇ ਜੀ? ਅਤੇ ਰਾਜੇ, ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਆਪਾਂ ਪੰਜਾਬ GK ਦਾ ਲਾਸਟ ਲੈਕਚਰ। ਠੀਕ ਹੈ ਜੀ, ਇਹ ਲਾਸਟ ਲੈਕਚਰ ਤਾਂ ਹੈਗਾ ਜਿਹੜੀਆਂ ਆਪਣੀਆਂ ਮੈਰਾਥਨ ਕਲਾਸਾਂ ਚੱਲ ਰਹੀਆਂ ਸੀ, ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਮੈਂ ਕਾਫੀ ਜ਼ਿਆਦਾ MCQ ਕਰਵਾਊਂਗਾ, ਹੈ ਨਾ। ਜਿਵੇਂ ਤੁਹਾਨੂੰ ਮੈਂ 350 ਪਲੱਸ MCQ ਤਾਂ ਪਹਿਲਾਂ ਤੁਹਾਨੂੰ ਮੈਂ ਪੋਲਟਰੀ ਦੇ ਕਰਵਾਏ ਹੈਗੇ, ਉਹਦੀ ਵੀ ਮੈਰਾਥਨ ਕਲਾਸ YouTube 'ਤੇ ਪਈ ਹੈ ਰਾਜੇ, ਅਤੇ ਉਹਦਾ ਫ੍ਰੀ PDF ਤੁਹਾਨੂੰ ਆਪਣੀ ਐਪ ਤੋਂ ਮਿਲ ਜਾਂਦਾ ਗਾ। ਠੀਕ ਹੈ ਜੀ, ਉਸ ਤਰ੍ਹਾਂ ਨਾਲ ਰਾਜੇ 350 ਪਲੱਸ MCQ ਤੁਹਾਨੂੰ ਮੈਂ ਪੰਜਾਬ GK ਦੇ ਕੰਪਲੀਟ ਕਰਵਾਏ ਹੈ। ਇਹ ਇਕੱਲੀਆਂ ਕਲਾਸਾਂ ਰਾਜੇ ਇਹ ਨਹੀਂ ਹੈਗੀਆਂ ਕਿ ਤੁਸੀਂ ਇਕੱਲੀਆਂ ਪੰਜਾਬ ਪੁਲਿਸ ਵਾਸਤੇ ਲਗਾ ਸਕਦੇ ਹੋ, ਇਹ ਕਲਾਸਾਂ ਤੁਹਾਨੂੰ ਅੱਗੇ ਜਿਹੜੇ ਪੰਜਾਬ ਦੇ ਪੇਪਰ ਆਉਣੇ ਆ ਉਹਨਾਂ ਵਾਸਤੇ ਵੀ ਬਹੁਤ ਇੰਪੋਰਟੈਂਟ ਆ, ਕਿਉਂਕਿ ਇਹਦੇ ਵਿੱਚ ਸਾਰੇ ਪ੍ਰਸ਼ਨ ਸਟੈਟਿਕ GK ਦੇ, ਜਿਹੜੇ ਕਿ ਕਦੇ ਨਹੀਂ ਬਦਲਦੇ ਹੁੰਦੇ। ਠੀਕ ਹੈ ਜੀ, ਬਾਕੀ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ 2024 ਦੀ ਤਿਆਰੀ ਕਰਨਾ ਚਾਹੁੰਦਾ ਤਾਂ ਉਹ ਬੈਚ ਵੀ ਆਪਣੇ ਕੋਲ ਚੱਲ ਰਿਹਾ ਰਾਜੇ, ਪਟਵਾਰੀ, ਕਲਰਕ, BDO। ਅਤੇ ਜੇ ਕਿਸੇ ਕੈਂਡੀਡੇਟ ਸਾਰੇ ਆਲ ਪੇਪਰਾਂ ਦੀ ਤਿਆਰੀ ਕਰਿਆ ਤਾਂ ਤੁਸੀਂ ਆਲ ਪੰਜਾਬ ਇਗਜ਼ਾਮ ਲਈ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ। ਠੀਕ ਹੈ ਜੀ, ਇਹ ਬੈਚ ਤੁਹਾਨੂੰ ਆਪਣੀ ਐਪ ਤੋਂ ਉੱਪਰੋਂ ਮਿਲੂਗਾ ਰਾਜੇ। ਆਪਣੀ ਐਪ ਦਾ ਨਾਮ ਹੈਗਾ ਗਾ ਦੀਪ ਭੁੱਲਰ ਐਜੂਕੇਸ਼ਨ ਅਰਾ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਆ ਰਾਜੇ, ਉਹਨਾਂ ਨੇ ਐਪ ਡਾਊਨਲੋਡ ਕਰਨੀ ਆ ਕਲਾਸ ਪਲੱਸ, ਅਤੇ ORG ਕੋਡ ਫਿੱਲ ਕਰਨਾ XX RAM। ਆਹ ਨੰਬਰ 'ਤੇ ਤੁਸੀਂ ਮੈਨੂੰ ਐਪ ਰਾਹੀਂ ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਾਲ ਕਰ ਸਕਦੇ ਹੋ। ਠੀਕ ਹੈ ਜੀ, ਅਤੇ ਬਾਕੀ ਰਾਜੇ ਜੇ ਕਿਸੇ ਕੈਂਡੀਡੇਟ 2021-22-23 ਦੇ PDF ਫ੍ਰੀ ਚਾਹੀਦੇ ਕਰੰਟ ਅਫੇਅਰ ਦੇ, ਆਪਣੀ ਐਪ ਡਾਊਨਲੋਡ ਕਰਕੇ ਉੱਥੋਂ ਵੀ ਤੁਸੀਂ ਪੰਜਾਬ ਪੁਲਿਸ ਵਾਲੇ ਬੈਚ 'ਚ ਜਾ ਕੇ ਡਾਊਨਲੋਡ ਕਰ ਸਕਦੇ ਹੋ। ਤਾਂ ਰਾਜੇ ਦੇਖੋ, ਇਹ ਬੈਚ ਦੇ ਵਿੱਚ ਜਿਹੜਾ ਆਪਣੇ ਬੈਚ ਸ਼ੁਰੂ ਹੁੰਦੇ ਇਹਦੇ 'ਚ ਰਾਜੇ ਤੁਹਾਨੂੰ ਜਿਹੜਾ ਸਾਰੀਆਂ ਕਲਾਸਾਂ 0 ਲੈਵਲ ਤੋਂ ਹੁੰਦੀਆਂ, ਜਿਵੇਂ ਮੈਥ ਹੋ ਗਿਆ ਆਪਣਾ, ਰੀਜ਼ਨਿੰਗ ਹੋ ਗਈ ਰਾਜੇ, ਠੀਕ ਹੈ ਜੀ, ਬੱਚੇ ਨੂੰ ਇੰਗਲਿਸ਼ ਬਹੁਤ ਘੱਟ ਸਮਝ ਆਉਂਦੀ ਹੈ, ਤਾਂ ਇਹ ਸਾਰੀਆਂ ਕਲਾਸਾਂ ਆਪਣੀਆਂ 0 ਲੈਵਲ ਤੋਂ ਹੋਣਗੀਆਂ। ਅਤੇ ਸਿਲੇਬਸ ਵੀ ਰਾਜੇ ਆਪਣੀ ਗਰੰਟੀ ਹੋ ਗਈ, ਕਿਉਂਕਿ ਹੁਣ ਵੀ ਸਿਲੇਬਸ ਬਹੁਤ ਜ਼ਿਆਦਾ 80-90% ਕਰਵਾਏ ਹੋਏ ਦੇ ਵਿੱਚੋਂ ਆ ਰਿਹਾ ਹੈਗਾ। ਚਲੋ ਜੀ, ਕਹਿੰਦੇ ਜੀ 71ਵੇਂ ਪ੍ਰਸ਼ਨ ਦੀ ਗੱਲ ਕਰਦੇ ਹਾਂ। ਕਹਿੰਦੇ ਪੰਜਾਬ ਸਰਕਾਰ ਨੇ ਕਿਸ ਸ਼ਹਿਰ ਦੇ ਮੁੰਡਿਆਂ ਲਈ ਆਫਟਰ ਕੇਅਰ ਹੋਮ ਸਥਾਪਿਤ ਕੀਤੇ ਹੈਗੇ, ਇਹ ਪੁੱਛ ਰਹੇ ਨੇ ਆਪਾਂ ਤੋਂ ਜੀ। ਠੀਕ ਹੈ ਜੀ, ਤਾਂ ਇਹ ਰਾਜੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਨੇ ਆਫਟਰ ਕੇਅਰ ਹੋਮ ਆ ਜਿਹੜੇ ਇਹ ਕੀ ਕਰੇ ਹੈਗੇ, ਸ਼ੁਰੂ ਕੀਤੇ ਹੈਗੇ। ਠੀਕ ਹੈ ਜੀ, ਤਾਂ ਇਹ ਪ੍ਰਸ਼ਨ ਦਾ ਆਨਸਰ ਹੈਗਾ ਆਪਣੇ ਦਾ ਏ ਨੰਬਰ ਆਪਸ਼ਨ। ਇਸ ਤੋਂ ਬਾਅਦ ਕਹਿੰਦੇ ਕਿਤੇ ਕਿਸ ਸਾਲ ਸਰਕਾਰ ਨੇ, ਇੰਡੀਆ ਸਰਕਾਰ ਦੀ ਗੱਲ ਕਰ ਰਹੇ ਹਾਂ, ਕਹਿੰਦੇ ਜੀ ਸਮਾਰਟ ਸਿਟੀ ਮਿਸ਼ਨ ਲੈ ਕੇ ਆਏ ਸੀ। ਤੁਹਾਨੂੰ ਪਤਾ ਕੀ ਰਾਜੇ, ਸਮਾਰਟ ਸਿਟੀ ਮਿਸ਼ਨ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਕਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਸਾਫ਼ ਸੁਥਰਾ ਹੈਗਾ। ਠੀਕ ਹੈ ਜੀ, ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਰਿਕਾਰਡ ਚੈੱਕ ਕੀਤਾ ਜਾਂਦਾ ਹੈਗਾ। ਠੀਕ ਹੈ ਜੀ, ਰਿਕਾਰਡ ਚੈੱਕ ਕਰਨ ਤੋਂ ਬਾਅਦ ਸਾਰਾ ਉੱਥੋਂ ਦਾ ਫਿਰ ਇਹਦੇ ਫੈਸਲੇ ਕੀਤਾ ਲਿਆ ਜਾਂਦਾ ਹੈਗਾ। ਇੰਦੌਰ ਹੁਣ ਤੱਕ ਰਾਜੇ ਸਮਾਰਟ ਸਿਟੀ ਦੇ ਵਿੱਚ ਸਭ ਤੋਂ ਸਾਫ਼ ਸੁਥਰੀ ਸਿਟੀ ਦੇ ਵਿੱਚ ਬਹੁਤ ਵਾਰੀ ਸਭ ਤੋਂ ਪਹਿਲੇ ਨੰਬਰ 'ਤੇ ਰਿਹਾ ਹੈਗਾ। ਠੀਕ ਹੈ ਜੀ, ਤਾਂ ਕਹਿੰਦੇ ਜੀ ਜਿਹੜਾ ਸਮਾਰਟ ਸਿਟੀ ਮਿਸ਼ਨ ਹੈ ਇਹ ਸ਼ੁਰੂ ਕਦੋਂ ਕੀਤਾ ਸੀ? ਠੀਕ ਹੈ ਜੀ, ਇਹ ਸ਼ੁਰੂ ਕਦੋਂ ਕੀਤਾ ਗਿਆ ਸੀ ਰਾਜੇ? ਇਹ ਸ਼ੁਰੂ ਕੀਤਾ ਗਿਆ ਸੀ 2015 ਦੇ ਵਿੱਚ। ਠੀਕ ਹੈ ਜੀ, ਅਤੇ ਫਿੱਟ ਇੰਡੀਆ ਮੂਵਮੈਂਟ ਕਦੋਂ ਚੱਲੀ ਸੀ? ਫਿੱਟ ਇੰਡੀਆ ਮੂਵਮੈਂਟ 2019 ਦੇ ਵਿੱਚ। ਠੀਕ ਹੈ ਜੀ, ਕਹਿੰਦੇ ਜੀ ਗੁਰਦੁਆਰਾ ਅਚਲ ਸਾਹਿਬ ਕਿਸ ਸਥਾਨ 'ਤੇ ਸਥਿਤ ਹੈ? ਗੁਰਦੁਆਰਾ ਅਚਲ ਸਾਹਿਬ ਹੈ ਜਿਹੜਾ, ਇਹ ਕਿਸ ਜਗ੍ਹਾ 'ਤੇ ਸਥਿਤ ਹੈਗਾ? ਤਾਂ ਇਹ ਸਥਿਤ ਹੈਗਾ ਜੀ ਬਟਾਲਾ ਵਿਖੇ, ਇਹ ਗੁਰਦੁਆਰਾ ਸਾਹਿਬ ਹੈ ਜਿਹੜੇ ਆਪਣੇ ਸੰਬੰਧਿਤ, ਉੱਥੇ ਆਪਣੇ ਸੰਬੰਧਿਤ ਹੈ ਜੀ। ਚਲੋ, ਕਹਿੰਦੇ ਜੀ ਆਰਕੀਟੈਕਚਰ ਲੀ ਕੋਰਬੀਜ਼ਰ ਇਹ ਕੌਣ ਆ ਰਾਜੇ? ਇਹ ਉਹੀ ਬੰਦਾ ਗਾ ਜਿਹਨੇ ਚੰਡੀਗੜ੍ਹ ਦਾ ਸਾਰੀ ਰੂਪ ਰੇਖਾ ਤਿਆਰ ਕੀਤੀ ਸੀਗੀ। ਠੀਕ ਹੈ ਜੀ, ਅਤੇ ਇਹ ਰਾਜੇ ਕੀ ਸੀ? ਇਹ ਇੱਕ ਫਰੈਂਚ ਸੀਗਾ, ਅਤੇ ਪਰ ਇਹਦਾ ਬਰਥ ਜਿਹੜਾ ਹੋਇਆ ਸੀ, ਜਨਮ ਹੋਇਆ ਸੀ ਜਿਹੜਾ, ਉਹ ਸਵਿਜ਼ਰਲੈਂਡ ਦੇ ਵਿੱਚ ਹੋਇਆ ਸੀਗਾ।
ਕਹਿੰਦੇ ਜੀ ਆਰਕੀਟੈਕਚਰ ਆ ਜਿਹੜਾ ਇਹ ਦੁਆਰਾ ਡਿਜ਼ਾਇਨ ਕੀਤੇ ਗਏ ਅਤੇ ਚੰਡੀਗੜ੍ਹ ਅਤੇ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਰਾਜਧਾਨੀ ਕੰਪਲੈਕਸ ਵਿੱਚ ਸਥਿਤ ਇੱਕ ਪ੍ਰਤੀਕਰਮ ਢਾਂਚੇ ਦਾ ਨਾਮ ਕੀ ਹੈ ਜੀ, ਜਿਹਦੇ ਨਾਲ ਇਹਨੇ ਸਾਰਾ ਢਾਂਚਾ ਤਿਆਰ ਕੀਤਾ ਸੀ ਕਿ ਇੱਥੋਂ ਆਏ ਕੱਢਣਾ ਆਹ ਚੀਜ਼ ਐਂ ਹੋਊਗੀ, ਤਾਂ ਉਹ ਰਾਜੇ ਦੀ ਕਲਾ ਦਾ ਨਾਮ ਹੈਗਾ ਗਾ ਓਪਨ ਹੈਂਡ ਮੋਨੂਮੈਂਟ। ਠੀਕ ਹੈ ਜੀ, ਏ ਨੰਬਰ ਆਪਸ਼ਨ। ਕਹਿੰਦੇ ਜੇਕਰ ਆਪਾਂ 2011 ਦੀ ਜਨਗਣਨਾ ਦੇਖੀਏ ਉਹਦੇ ਅਨੁਸਾਰ ਪੰਜਾਬ ਦੇ ਵਿੱਚ ਕਿੰਨੇ ਪ੍ਰਤੀਸ਼ਤ ਮੁਸਲਮਾਨ ਭਾਈਚਾਰਾ ਗਾ, ਤਾਂ ਇਹ ਹੈਗਾ ਜੀ ਆਪਣਾ 1.93%। ਠੀਕ ਹੈ ਜੀ, ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਸ ਗੁਰੂ ਸਾਹਿਬ ਦੁਆਰਾ ਸੰਕਲਨ ਕੀਤੀ ਗਈ ਹੈਗੀ, ਤਾਂ ਇਹ ਦੂਸਰੇ ਗੁਰੂ ਸੀ ਜਿਹੜੇ ਆਪਣੇ ਸ਼੍ਰੀ ਗੁਰੂ ਅੰਗਦ ਦੇਵ ਜੀ, ਜਿਹਨਾਂ ਨੂੰ ਭਾਈ ਲਹਿਣਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਗਾ, ਉਹਨਾਂ ਦੁਆਰਾ ਸੰਕਲਨ ਕੀਤੀ ਗਈ ਸੀ। ਇਸ ਤੋਂ ਪਹਿਲਾਂ ਰਾਜੇ ਮੈਂ ਇੱਕ ਪ੍ਰਸ਼ਨ ਕਰਵਾ ਕੇ ਗਿਆ ਸੀ ਆਦਿ ਗ੍ਰੰਥ ਵਾਲਾ, ਉਹਦੇ ਵਿੱਚ 5 ਗੁਰੂਆਂ ਦੀ ਬਾਣੀ ਦਰਜ ਆ ਰਾਜੇ, ਮੈਂ ਗਲਤੀ ਨਾਲ ਤੁਹਾਨੂੰ 6 ਗੁਰੂ ਕਹਿ ਗਿਆ ਸੀ, ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਬਾਣੀ ਦਰਜ ਆ ਉਹਦੇ ਬਿਹਾਫ 'ਤੇ ਕਹਿ ਗਿਆ ਸੀ, ਕਿਉਂਕਿ ਰਾਜੇ ਜੋ ਲੈਕਚਰ ਲੰਬਾ ਵਗ ਜਾਂਦਾ ਕਈ ਵਾਰੀ ਕਨਫਿਊਜ਼ ਹੋ ਜਾਂਦੇ ਆ, ਦੇਖੀ ਕਹੀ ਕੁਛ ਹੋਰ ਜਾਂਦੇ ਉਹਨਾਂ ਨਿਸ਼ਾਨੀ ਵੀ ਕਿਸੇ ਗਈ ਕਰ ਕਿਸੇ ਗਲਤ 'ਤੇ ਲੱਗ ਜਾਂਦੀ ਹੈ। ਠੀਕ ਹੈ ਜੀ, ਬਾਕੀ ਉਹ ਗਲਤੀ ਆਪਾਂ ਸੁਧਾਰ ਲੈਂਦੇ ਹੁੰਦੇ ਹੈਗੇ, ਇਹ ਦੇਖ ਲਿਓ। ਕਹਿੰਦੇ ਜੀ ਕਿਹੜੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਜ਼ਿਆਦਾ ਗਈ, ਤਾਂ ਇਹ ਆਪਣੇ ਸ਼੍ਰੀ 5ਵੇਂ ਗੁਰੂ ਆ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਜ਼ਿਆਦਾ ਆ ਗਈ। ਠੀਕ ਹੈ ਜੀ, ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ, ਜੇ ਤੁਹਾਡੇ ਤੋਂ ਕੋਈ ਪੁੱਛਦਾ ਕਿ ਆਪਣੇ ਪਹਿਲੇ ਸ਼ਹੀਦ ਕੌਣ ਹੈਗੇ, ਤਾਂ ਆਪਣੇ ਪਹਿਲੇ ਸਿੱਖ ਗੁਰੂ ਕਿਹੜੇ ਸੀ ਜਿਹੜੇ ਸ਼ਹੀਦ ਹੋਏ ਸੀ, ਉਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਹੈਗੇ। ਠੀਕ ਹੈ ਜੀ, ਅਤੇ ਆਦਿ ਗ੍ਰੰਥ ਦਾ ਜਿਹੜਾ ਰਾਜੇ ਜਿਹੜਾ ਉਹਦਾ ਦੂਸਰਾ ਨਾਮ ਕੀ ਹੈਗਾ, ਆਦਿ ਗ੍ਰੰਥ ਦਾ ਸੰਕਲਨ ਵੀ ਗੁਰੂ ਜੀ ਦੁਆਰਾ ਕੀਤਾ ਗਿਆ ਸੀਗਾ। ਠੀਕ ਹੈ ਜੀ, 1604 ਦੇ ਵਿੱਚ। ਠੀਕ ਹੈ ਜੀ, ਅਤੇ ਆਦਿ ਗ੍ਰੰਥ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਗਾ, ਕਿਹੜੇ ਨਾਮ ਨਾਲ ਜਾਣਿਆ ਜਾਂਦਾ ਗਾ, ਪੋਥੀ ਸਾਹਿਬ ਦੇ ਨਾਲ, ਪੋਥੀ ਸਾਹਿਬ ਦੇ ਨਾਲ ਜਾਣਿਆ ਜਾਂਦਾ ਗਾ। ਅਤੇ ਸੁਖਮਨੀ ਸਾਹਿਬ ਦੀ ਰਚਨਾ ਵੀ ਜਿਹੜੀ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀਗੀ। ਠੀਕ ਹੈ ਜੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਜੀ ਦੀਆਂ ਕਿੰਨੀਆਂ ਬਾਣੀਆਂ ਦਰਜ ਹੈਗੀਆਂ, 2218। ਠੀਕ ਹੈ ਜੀ, 2218 ਬਾਣੀਆਂ ਜਿਹੜੀਆਂ ਉਹ ਦਰਜ ਹੈ। ਦੂਸਰੇ ਪਾਸੇ ਇੱਕ ਹੋਰ ਕੀ ਕੰਮ ਹੈ ਇਹਨਾਂ ਦੇ ਗੁਰੂ ਜੀ ਦੇ, ਅਤੇ ਇਹਨਾਂ ਨੇ ਰਾਜੇ ਅੰਮ੍ਰਿਤਸਰ ਵਿਖੇ ਸੰਤੋਖਸਰ ਅਤੇ ਰਾਮਸਰ, ਇਹ ਦੋ ਆ ਜਿਹੜੇ ਸਰੋਵਰਾਂ ਦਾ ਨਿਰਮਾਣ ਵੀ ਇਹਨਾਂ ਦੁਆਰਾ ਕਰਵਾਇਆ ਗਿਆ ਸੀ, ਜਹਾਂਗੀਰ ਦੁਆਰਾ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ। ਠੀਕ ਹੈ ਜੀ, ਅਤੇ ਹਰਿਮੰਦਰ ਸਾਹਿਬ ਦੀ ਨੀਂਹ ਇਹਨਾਂ ਦੁਆਰਾ ਹੀ ਰਖਾਈ ਗਈ ਸੀ, ਕਿਹਦੇ ਤੋਂ ਰਖਾਈ ਸੀ, ਮੁਸਲਮਾਨ ਮੀਆਂਮਾਰ ਦੁਆਰਾ। ਠੀਕ ਹੈ ਜੀ, ਦੂਸਰੀ ਰਾਜੇ ਦਸ਼ਵੰਤ ਪ੍ਰਣਾਲੀ। ਠੀਕ ਹੈ ਜੀ, ਦਸ਼ਵੰਤ ਪ੍ਰਣਾਲੀ ਦਾ ਨਾਮ ਵੀ ਨਾਲ ਸੰਬੰਧ ਵੀ ਇਹਨਾਂ ਨਾਲ ਹੀ ਹੈਗਾ। ਦੂਸਰਾ, ਗੁਰੂ ਜੀ ਨੇ ਕਿਹੜੇ ਕਿਹੜੇ ਸ਼ਹਿਰ ਵਸਾਏ ਸੀ ਰਾਜੇ, ਇਹਨਾਂ ਨੇ ਵਸਾਇਆ ਸੀ ਜੀ ਇੱਕ ਤਰਨਤਾਰਨ, ਠੀਕ ਹੈ ਜੀ, ਤਰਨਤਾਰਨ ਸ਼ਹਿਰ ਵਸਾਇਆ ਗਿਆ ਸੀ, ਕਰਤਾਰਪੁਰ ਅਤੇ ਹਰਗੋਬਿੰਦਪੁਰਾ। ਜਿਹੜਾ ਹਰਗੋਬਿੰਦਪੁਰਾ ਵਸਾਇਆ ਸੀ ਰਾਜੇ ਇਹਨਾਂ ਨੇ, ਇਹ ਜਿਹੜਾ ਆਪਣੇ 6ਵੇਂ ਗੁਰੂ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ, ਜਦੋਂ ਉਹਨਾਂ ਦਾ ਜਨਮ ਹੋਇਆ ਸੀ ਉਹਨਾਂ ਦੇ ਜਨਮ ਦੀ ਖੁਸ਼ੀ ਵਾਲੇ ਦਿਨ ਇਹਨਾਂ ਨੇ ਇਹਨੂੰ ਕੀ ਕਰਿਆ ਸੀ, ਵਸਾਇਆ ਸੀਗਾ। ਠੀਕ ਹੈ ਜੀ, ਚਲੋ। ਕਹਿੰਦੇ ਜੀ ਜੇਕਰ ਆਪਾਂ ਪੰਜਾਬ ਦਾ ਕੁੱਲ ਖੇਤਰਫਲ ਵਰਗ ਮੀਲ ਦੇ ਹਿਸਾਬ ਨਾਲ ਦੇਖੀਏ ਤਾਂ ਕਿੰਨਾ ਹੈਗਾ, ਉਹ ਤਾਂ ਤੁਹਾਨੂੰ ਪਤਾ ਰਹਾ ਜੀ ਕਿਲੋਮੀਟਰ ਵਰਗ ਦੇ ਹਿਸਾਬ 'ਤੇ 50,362 ਹੈਗਾ। ਠੀਕ ਹੈ ਜੀ, ਪਰ ਇਹਨਾਂ ਨੇ ਆਪਾਂ ਤੋਂ ਪੁੱਛ ਲਿਆ ਅਜਾਉਂਦੇ ਮਾਰਨ ਕਿ ਵਰਗ ਮੀਲ ਦੇ ਵਿੱਚ ਦੱਸੋ, ਵਰਗ ਮੀਲ ਦੇ ਵਿੱਚ ਹੈਗਾ ਜੀ 19,045 ਵਰਗ ਮੀਲ। ਠੀਕ ਹੈ ਜੀ, ਚਲੋ। ਕਹਿੰਦੇ ਜੀ ਜੇਕਰ 2011 ਦਾ ਆਪਾਂ ਲਿਟਰੇਸੀ ਰੇਟ ਦੇਖੀਏ ਜੰਮੂ ਕਸ਼ਮੀਰ ਦਾ ਕਿੰਨਾ ਗਾ, 2011 ਦੇ ਅਨੁਸਾਰ ਜੰਮੂ ਕਸ਼ਮੀਰ ਦੇ ਵਿੱਚ ਕਿੰਨੇ ਪੜ੍ਹੇ ਲਿਖੇ ਲੋਕ ਸੀ, 67.16% ਜੀ, 67.16%। 89 ਆਨਸਰ ਹੈਗਾ ਆਪਣਾ ਡੀ ਨੰਬਰ ਆਪਸ਼ਨ।
ਕਹਿੰਦੇ ਪੰਜਾਬ ਸਰਕਾਰ ਦੁਆਰਾ ਜੀ ਆਮ ਨਾਗਰਿਕਤਾ ਲਈ ਮੁਫਤ ਬਿਜਲੀ ਸਕੀਮ ਕਿਸ ਸਾਲ ਸ਼ੁਰੂ ਕੀਤੀ ਗਈ ਸੀ? ਤੁਹਾਨੂੰ ਪਤਾ ਕੀ ਰਾਜੇ, ਹਰ ਮਹੀਨੇ ਇੱਕ ਮਹੀਨੇ ਦੀ ਆਪਾਂ ਨੂੰ ਪੰਜਾਬ ਵਾਲਿਆਂ ਨੂੰ 300 ਯੂਨਿਟ ਬਿਜਲੀ ਫਰੀ ਮਿਲਦੀ ਹੈ, ਤਾਂ 2 ਮਹੀਨਿਆਂ ਦੀ ਆਪਾਂ ਨੂੰ ਟੋਟਲ ਕਿੰਨੀ ਮਿਲਦੀ? 2 ਮਹੀਨੇ, ਦੂਜੇ ਮਹੀਨੇ ਦੀ ਵੀ 2 ਮਹੀਨਿਆਂ ਬਾਅਦ ਆਪਣਾ ਬਿੱਲ ਆਉਂਦਾ, ਤਾਂ ਟੋਟਲ 600 ਯੂਨਿਟ ਮਾਫ਼ ਹੈ 2 ਮਹੀਨਿਆਂ ਦੀ ਬਿਜਲੀ, ਠੀਕ ਹੈ ਜੀ। ਅਤੇ ਇਹ ਜਿਹੜੀ ਸਕੀਮ ਆ ਰਾਜੇ, ਇਹ ਕਦੋਂ ਸ਼ੁਰੂ ਕੀਤੀ ਗਈ ਸੀ ਇਹ ਪੁੱਛ ਰਹੇ ਨੇ, ਬਿਜਲੀ ਕਦੋਂ ਮਾਫ਼ ਕੀਤੀ ਗਈ ਸੀ? ਇਹ ਕੀਤੀ ਗਈ ਸੀ ਜੀ 1 ਜੁਲਾਈ 2022 ਨੂੰ। ਕਹਿੰਦੇ ਜੀ ਜਿਹੜੀ ਆਪਣੀ ਨੌਜਵਾਨ ਭਾਰਤ ਸਭਾ ਹੈਗੀ, ਠੀਕ ਹੈ ਜੀ, ਨੌਜਵਾਨ ਭਾਰਤ ਸਭਾ ਜਿਹਦਾ ਮੁਖੀ ਕੌਣ ਸੀ? ਆਪਣਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸੀ। ਕਹਿੰਦੇ ਇਹ ਸਭਾ ਬਣਾਈ ਕਿਸ ਸਾਲ ਗਈ ਸੀਗੀ? ਤਾਂ ਇਹ ਸਭਾ ਬਣਾਈ ਗਈ ਸੀ ਜੀ 1926 ਦੇ ਵਿੱਚ, 1926 ਦੇ ਵਿੱਚ ਇਹ ਜਿਹੜੀ ਸਭਾ ਹੈਗੀ ਇਹ ਬਣਾਈ ਗਈ ਸੀਗੀ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਦਾ ਹੋਰ ਪਤਾ ਹੋਣਾ ਰਾਜੇ, ਇੱਕ ਆਪਣੇ ਬਣੀ ਸੀ HSRA, ਇੱਕ ਸਭਾ ਹੋਰ ਵੀ ਬਣੀ ਸੀ HSRA ਤੋਂ ਵੀ ਪ੍ਰਸ਼ਨ ਕੀ ਪੁੱਛਿਆ ਜਾਂਦਾ ਹੁੰਦਾ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਸੀਗੀ, ਠੀਕ ਹੈ ਜੀ। ਅਤੇ ਇਹਦਾ ਲੀਡਰ ਕੌਣ ਸੀ ਮੇਨ? ਇਹਦਾ ਲੀਡਰ ਹੈਗਾ ਸੀ ਜੀ ਮੇਨ ਰਾਮ ਪ੍ਰਸਾਦ ਬਿਸਮਿਲ। ਅਤੇ ਠੀਕ ਹੈ ਜੀ, ਇੱਕ ਇਹਦਾ ਮੈਂਬਰ ਕਿਹੜਾ ਸੀ ਨਾਲ ਮੇਨ? ਚੰਦਰ ਸ਼ੇਖਰ ਆਜ਼ਾਦ, ਠੀਕ ਹੈ ਜੀ। ਅਤੇ ਦੂਸਰੇ ਵੀ ਵੈਸੇ ਦੇ ਮੁਖੀ ਸੀਗੇ ਜੇ, ਮਤਲਬ ਮੈਂਬਰ ਸੀਗੇ, ਜਿਵੇਂ ਭਗਤ ਸਿੰਘ ਹੋ ਗਿਆ, ਸੁਖਦੇਵ ਹੋ ਗਿਆ, ਜਗੇਸ਼, ਜਤਿਨ ਦਾਸ, ਇਹ ਵੀ ਸਾਰੇ ਨਾਲ ਸੀਗੇ, ਪਰ ਜਿਹੜੇ ਮੇਨ ਸੀ ਲੀਡਰ ਉਹ ਦੋ, ਇਹਨਾਂ ਨੂੰ ਦੋ ਨੂੰ ਬੜਾ ਯਾਦ ਕੀਤਾ ਜਾਂਦਾ ਪ੍ਰਸ਼ਨਾਂ ਦੇ ਵਿੱਚ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਕਿ ਆਪਣੀ ਜਿਹੜੀ HRA ਹੁੰਦੀ ਸੀ ਉਹ ਹੁੰਦੀ ਸੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ, ਇਹ 1924 ਦੇ ਵਿੱਚ ਬਣੀ ਸੀ, ਠੀਕ ਹੈ ਜੀ। HRA ਬਾਹਰ ਵਿੱਚ ਇਹਨਾਂ ਨੇ ਇਸ ਨੂੰ ਕਨਵਰਟ ਜਿਹਾ ਕਰਕੇ ਆਪਣੀ HSRA ਬਣਾ ਲਈ ਸੀਗੀ, ਠੀਕ ਹੈ ਜੀ। ਅਤੇ ਨੌਜਵਾਨ ਭਾਰਤ ਸਭਾ ਦਾ ਕੌਣ ਹੈਗਾ, ਇਸ ਨੂੰ ਮੈਂ ਹੁਣ ਦੱਸ ਗਿਆ, ਭਗਤ ਸਿੰਘ। ਪੰਜਾਬ ਦੇ ਉੱਤਰ ਪੂਰਬ ਦੇ ਇਲਾਕੇ ਪਾਸੇ ਕਿਹੜਾ ਰਾਜ ਹੈਗਾ? ਦੇਖੋ ਜੀ, ਪੰਜਾਬ ਦਾ ਉੱਤਰ ਪੂਰਬ ਨੌਰਥ ਆਹ ਇਲਾਕਾ ਆ ਗਿਆ ਆਪਣਾ, ਇਹ ਇਲਾਕੇ ਦੇ ਵਿੱਚ ਆਪਣਾ ਕਿਹੜਾ ਇਹਨਾਂ ਦੇ ਵਿੱਚੋਂ ਪੈ ਜਾਂਦਾ? ਦੇਖੋ ਜੀ, ਰਾਜਸਥਾਨ ਤਾਂ ਆ ਗਿਆ ਆਪਣੇ ਇੱਧਰਲੇ ਪਾਸੇ, ਠੀਕ ਹੈ ਜੀ, ਪਾਕਿਸਤਾਨ ਆ ਗਿਆ ਆਪਣੇ ਇੱਧਰਲੇ ਪਾਸੇ, ਹਰਿਆਣਾ ਵੀ ਆਪਣੇ ਇੱਧਰ ਹੀ ਆ ਗਿਆ, ਹਰਿਆਣੇ ਵਿੱਚ ਲੰਘ ਕੇ ਆਪਾਂ ਰਾਜਸਥਾਨ ਜਾਂਦੇ ਹਾਂ, ਤਾਂ ਇੱਥੇ ਆ ਗਿਆ ਆਪਣਾ ਜੰਮੂ ਕਸ਼ਮੀਰ, ਤਾਂ ਇੱਥੇ ਕਿਹੜਾ ਆ ਗਿਆ ਜੀ? ਇੱਥੇ ਆ ਗਿਆ ਆਪਣਾ ਹਿਮਾਚਲ, ਠੀਕ ਹੈ ਜੀ, ਇੱਥੇ ਕਿਹੜਾ ਆ ਗਿਆ ਆਪਣਾ ਹਿਮਾਚਲ, ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ। ਕਹਿੰਦੇ ਬਚਿੱਤਰ ਨਾਟਕ ਹੈ ਜਿਹੜੀ ਇਹ ਰਚਨਾ ਹੈਗੀ, ਇਹ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ? ਬਚਿੱਤਰ ਨਾਟਕ ਅਤੇ ਚੰਡੀ ਦੀ ਵਾਰ, ਠੀਕ ਹੈ ਜੀ, ਬਚਿੰਦਰ ਨਾਟਕ ਅਤੇ ਚੰਡੀ ਦੀ ਵਾਰ, ਇਹ ਆਪਣੇ ਜਿਹੜੇ ਗੁਰੂ ਸਾਹਿਬਾਨ ਆ, 10ਵੇਂ ਸਿੱਖ ਗੁਰੂ ਸਾਹਿਬਾਨ ਹੈ ਜੀ, ਉਹਨਾਂ ਦੀ ਬਾਣੀ ਇਹ ਹੈਗੀ, ਠੀਕ ਹੈ ਜੀ, ਉਹਨਾਂ ਦੀ ਬਾਣੀ ਹੈ ਇਹ, ਇੱਕ ਰਚਨਾ ਉਹਨਾਂ ਦੀ, ਸੋਰੀ ਬਾਣੀ ਨਹੀਂ ਕਹਿ ਸਕਦੇ, ਉਹਨਾਂ ਦੀ ਇੱਕ ਰਚਨਾ ਹੈਗੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀ ਹੋਰ ਵੀ ਕਈ ਰਚਨਾਵਾਂ ਹੈਗੀਆਂ, ਜਿਵੇਂ ਕਿ ਤੁਹਾਨੂੰ ਦੱਸ ਰਿਹਾ ਦਸ਼ਮ ਗ੍ਰੰਥ, ਠੀਕ ਹੈ ਜੀ, ਦਸ਼ਮ ਗ੍ਰੰਥ ਹੋ ਗਿਆ ਆਪਣਾ, ਬਚਿੱਤਰ ਨਾਟਕ ਹੋ ਗਿਆ, ਅਕਾਲ ਉਸਤਤ, ਠੀਕ ਹੈ ਜੀ, ਕਿਹੜਾ ਹੋ ਗਿਆ ਆਪਣਾ ਜੀ, ਅਕਾਲ ਉਸਤਤ, ਅਤੇ ਚੰਡੀ ਦੀ ਵਾਰ, ਆਹ ਤਾਂ ਮੈਂ ਤੁਹਾਡੇ ਵਾਸਤੇ ਲਿਖਤੀ ਚੰਡੀ ਦੀ ਵਾਰ, ਬਾਰ ਸ਼੍ਰੀ ਭਗਉਤੀ ਜੀ, ਬਾਰ ਸ਼੍ਰੀ ਭਗਉਤੀ ਜੀ, ਅਤੇ ਹੋਰ ਇਹਨਾਂ ਦੀ ਰਚਨਾ ਸੀ ਰਾਜੇ ਜਾਪ ਸਾਹਿਬ, ਜਾਪ ਸਾਹਿਬ ਸੀ, ਜਾਫਰਨਾਮਾ ਵੀ ਗੁਰੂ ਜੀ ਨੇ ਲਿਖਿਆ ਸੀਗਾ, ਇਹ ਗੱਲ ਯਾਦ ਰੱਖਣੀ ਹੈ, ਜਾਫਰਨਾਮਾ ਵੀ ਗੁਰੂ ਜੀ ਨੇ ਲਿਖਿਆ ਸੀ। ਇੱਕ ਇਹਨਾਂ ਦੀ ਰਚਨਾ ਹੈਗੀ ਚੁਪਾਈ ਸਾਹਿਬ, ਚੁਪਾਈ ਸਾਹਿਬ, ਜਾਪ ਸਾਹਿਬ, ਅਤੇ 24 ਅਵਤਾਰ, 24 ਅਵਤਾਰ।
ਫਿਲਹਾਲ ਇਹ ਤੁਸੀਂ ਯਾਦ ਕਰ ਲਓ, ਇਹ ਗੁਰੂ ਜੀ ਦੀਆਂ ਰਚਨਾਵਾਂ ਸੀਗੀਆਂ ਅਤੇ ਖਾਲਸਾ ਪੰਥ ਦੀ ਸਥਾਪਨਾ ਵੀ ਗੁਰੂ ਜੀ ਨੇ ਕੀਤੀ ਸੀ ਅਤੇ ਗੁਰੂ ਜੀ ਨੇ ਇੱਕ ਮਸੰਤ ਪ੍ਰਣਾਲੀ ਬੰਦ ਕਰਤੀ ਸੀਗੀ। ਮਸੰਤ ਪ੍ਰਣਾਲੀ ਸੀ ਜਿਹੜੀ ਇਹ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦ ਕੀਤੀ ਸੀ ਅਤੇ ਇਹ ਪ੍ਰਣਾਲੀ ਨੂੰ ਚਲਾਇਆ ਕਿਹਨੇ ਸੀ, ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਪ੍ਰਣਾਲੀ ਨੂੰ ਚਲਾਇਆ ਸੀਗਾ। ਠੀਕ ਹੈ ਜੀ, ਅਤੇ ਬਸ ਇੰਨਾ ਯਾਦ ਕਰ ਲਿਓ। ਚਲੋ ਜੀ, ਕਹਿੰਦੇ ਜੀ ਜੇਕਰ ਆਪਾਂ 2011 ਦੀ ਜਨਗਣਨਾ ਕਰੀਏ ਉਹਦੇ ਅਨੁਸਾਰ ਕਿਸ ਭਾਈਚਾਰੇ ਦੀ ਜਨਸੰਖਿਆ ਪੰਜਾਬ ਵਿੱਚ ਵੱਧ ਹੈ। ਵੱਧ ਜਨਸੰਖਿਆ ਉਹਨਾਂ ਨੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਹੀ ਹੈ। ਠੀਕ ਹੈ ਜੀ, ਵੱਧ ਜਨਸੰਖਿਆ ਉਹਨਾਂ ਨੇ ਕਾਹਦੇ 'ਚੋਂ ਕਹੀ ਹੈ, ਇਹਨਾਂ ਆਪਸ਼ਨਾਂ ਦੇ ਵਿੱਚੋਂ ਕਹੀ ਹੈ। ਦੱਸੋ ਜੀ ਕਿਹਦੀ ਜਨਸੰਖਿਆ ਵੱਧ ਹੈਗੀ ਆਪਸ਼ਨ ਦੇ ਹਿਸਾਬ 'ਤੇ, ਤਾਂ ਆਪਸ਼ਨ ਦੇ ਹਿਸਾਬ 'ਤੇ ਇਹਨਾਂ ਦੇ ਵਿੱਚੋਂ ਮੁਸਲਮਾਨ ਭਾਈਚਾਰੇ ਦੀ ਜਿਹੜੀ ਜਨਸੰਖਿਆ ਉਹ ਪੰਜਾਬ ਦੇ ਵਿੱਚੋਂ ਵੱਧ ਹੈ, ਜਿਹੜੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਇਹਨਾਂ ਨੇ। ਕਹਿੰਦੇ ਜੀ ਮੁਗਲ ਬਾਦਸ਼ਾਹ ਜਹਾਂਗੀਰ ਨੇ ਕਿਸ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ, ਜਿਹਦੇ ਬਾਰੇ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਡਿਟੇਲ ਦੇ ਵਿੱਚ ਸਾਰਾ ਕੁਝ ਦੱਸ ਕੇ ਗਿਆ ਹੋਇਆ ਹੈਗਾ। ਠੀਕ ਹੈ ਜੀ, ਕਹਿੰਦੇ ਪੰਜਾਬ ਦੇ ਵਿੱਚ ਇੱਕ ਮਸ਼ਹੂਰ ਸ਼ਿਲਪਕਾਰੀ ਮੇਲਾ, ਸ਼ਿਲਪਕਾਰੀ ਮੇਲੇ ਨੂੰ ਕਈ ਵਾਰੀ ਨਾ ਇੱਥੇ ਕ੍ਰਾਫਟ ਮੇਲਾ ਵੀ ਲਿਖਿਆ ਆ ਸਕਦਾ ਹੈਗਾ, ਕ੍ਰਾਫਟ ਫੇਅਰ ਵੀ ਲਿਖਿਆ ਆ ਸਕਦਾ ਹੈਗਾ। ਕਹਿੰਦੇ ਜਿਹੜਾ ਸ਼ਿਲਪਕਾਰੀ ਮੇਲਾ ਇਹ ਕਿਸ ਸ਼ਹਿਰ ਵਿੱਚ ਲਗਾਇਆ ਜਾਂਦਾ ਹੈ ਜਾਂ ਲਗਾਇਆ ਗਿਆ ਸੀਗਾ? ਠੀਕ ਹੈ ਜੀ, ਤਾਂ ਇਹ ਲਗਾਇਆ ਗਿਆ ਸੀਗਾ ਜੀ ਪਟਿਆਲੇ, ਪਟਿਆਲਾ ਦੇ ਵਿੱਚ ਇਹ ਲਗਾਇਆ ਗਿਆ ਸੀਗਾ। ਠੀਕ ਹੈ ਜੀ, ਕਹਿੰਦੇ ਜੀ ਸ਼੍ਰੀ ਗੁਰੂ ਸ਼੍ਰੀ ਮੰਜੀ ਸਾਹਿਬ ਆਲਮਗੀਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈਗਾ? ਸ਼੍ਰੀ ਗੁਰੂ ਸ਼੍ਰੀ ਮੰਜੀ ਸਾਹਿਬ ਆਲਮਗੀਰ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਆ? ਤਾਂ ਇਹ ਜੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ। ਕਹਿੰਦੇ ਜੇਕਰ ਜੀ ਦੇਸ਼ ਦਾ ਕੁੱਲ ਆਪਣੇ ਸਾਰੇ ਭਾਰਤ ਦੇਸ਼ ਦਾ ਖੇਤਰ ਦੇਖੀਏ, ਦੇਖੋ ਜੀ ਤੁਹਾਨੂੰ ਪਤਾ ਕਿ ਜਿਹੜਾ ਆਪਣਾ ਪੰਜਾਬ ਹੈਗਾ, ਪੰਜਾਬ ਦੇ ਵਿੱਚ 83% ਏਰੀਏ ਦੇ ਵਿੱਚ ਆਪਾਂ ਬਿਜਾਈ ਕਰਦੇ ਹਾਂ, ਕਲਟੀਵੇਸ਼ਨ ਕਰਦੇ ਹਾਂ, ਹੈ ਨਾ। ਅਤੇ ਇਹ ਕਹਿੰਦੇ ਜੇਕਰ ਆਪਾਂ ਸਾਰੇ ਭਾਰਤ ਦਾ ਏਰੀਆ ਦੇਖੀਏ ਤਾਂ ਉਸ ਹਿਸਾਬ 'ਤੇ ਪੰਜਾਬ ਦਾ ਰੈਂਕ, ਪੰਜਾਬ ਕਿੰਨੇ ਪ੍ਰਤੀਸ਼ਤ ਬਣਦਾ ਹੈਗਾ? ਉਸ ਹਿਸਾਬ 'ਤੇ ਪੰਜਾਬ ਬਣਦਾ ਜੀ 3%। ਕਿੰਨੇ ਪ੍ਰਤੀਸ਼ਤ ਜੀ? 3%। ਕਹਿੰਦੇ ਜੀ ਪੰਜਾਬ ਦੇ ਵਿੱਚ ਮਾਲੀਆ ਇਕੱਠਾ ਕਰਨਾ, ਰੈਵਨਿਊ ਕਲੈਕਸ਼ਨ ਹੈ ਜਿਹੜੀ ਉਹ ਇਕੱਠਾ ਕਰਨ ਵਾਸਤੇ ਕਿੰਨੀਆਂ ਤਹਿਸੀਲਾਂ ਦਾ ਪ੍ਰਬੰਧ ਕੀਤਾ ਗਿਆ ਹੈਗਾ, ਇਹ ਪੁੱਛ ਰਹੇ ਨੇ ਜੀ। ਤਾਂ ਇਹ 93 ਤਹਿਸੀਲਾਂ ਦਾ ਪ੍ਰਬੰਧ ਕੀਤਾ ਗਿਆ ਹੈਗਾ। 99 ਆਨਸਰ ਹੈਗਾ ਆਪਣਾ ਬੀ ਨੰਬਰ ਆਪਸ਼ਨ। ਕਹਿੰਦੇ ਜੀ ਜਿਹੜਾ ਆਪਣਾ ਦਰਬਾਰ ਸਾਹਿਬ ਹੈਗਾ, ਠੀਕ ਹੈ ਜੀ, ਅਤੇ ਅੰਮ੍ਰਿਤਸਰ ਵਿਖੇ ਸਦੀਵੀ ਸਰੋਵਰ ਦਾ ਮਾਪ ਕੀ ਹੈਗਾ, ਇਹਦਾ ਮਾਪ ਕੀ ਹੈ ਰਾਜੇ, ਇਹ ਪੁੱਛ ਰਹੇ ਨੇ ਆਪਾਂ ਤੋਂ। ਤਾਂ ਇਹਦਾ ਮਾਪ ਹੈਗਾ ਜੀ ਇਹ 500x490 ਅਤੇ 17 ਫੁੱਟ ਡੰਘਾਈ ਦੇ ਵਿੱਚ ਹੈਗਾ। ਇਹ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈਗਾ। ਚਲੋ ਜੀ, ਕਹਿੰਦੇ ਜੀ ਪੰਜਾਬ ਦੇ ਕਿਹੜੇ ਮੇਲੇ ਵਿੱਚ ਲੋਕ ਛੱਪੜ ਦੇ ਆਲੇ ਦੁਆਲੇ ਇਕੱਠੇ ਹੁੰਦੇ ਆ ਅਤੇ ਧਰਤੀ ਦੇ ਛੱਪੜ ਦੇ ਵਿੱਚੋਂ ਮਿੱਟੀ ਕੱਢ ਕੇ, ਠੀਕ ਹੈ ਜੀ, ਇੱਕ ਟਿੱਲਾ ਜਿਹਾ ਬਣਾ ਦਿੰਦੇ ਆ? ਧਰਤੀ ਦੇ ਵਿੱਚੋਂ ਮਿੱਟੀ ਕੱਢਦੇ, ਛੱਪੜ ਦੇ ਵਿੱਚੋਂ ਛੱਪੜ ਦੇ ਵਿੱਚੋਂ ਮਿੱਟੀ ਕੱਢ ਕੇ ਨਾਲ ਉਹ ਬਣਾ ਦਿੰਦੇ ਆ, ਅਤੇ ਬਾਕੀ ਊਂ ਮਿੱਟੀ ਕੱਢ ਕੇ ਰਾਜੇ ਉਹ ਇੱਕ ਟਿੱਲਾ ਬਣਾ ਦਿੰਦੇ ਉੱਚਾ ਸਾਰਾ। ਤਾਂ ਇਹ ਪੰਜਾਬ ਦੇ ਕਿਹੜੇ ਮੇਲੇ ਦੇ ਵਿੱਚ ਇਹ ਦ੍ਰਿਸ਼ ਤੁਹਾਨੂੰ ਦੇਖਣ ਨੂੰ ਮਿਲਦਾ ਹੈਗਾ? ਤਾਂ ਇਹ ਸਾਰਾ ਕੁਝ ਹੁੰਦਾ ਜੀ ਜਰਗ ਦੇ ਮੇਲੇ ਦੇ ਵਿੱਚ, ਜਰਗ ਦੇ ਮੇਲੇ ਦੇ ਵਿੱਚ। ਪੰਜਾਬ ਦੇ ਕਿਹੜੇ ਇਲਾਕੇ ਨੂੰ ਚੰਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ? ਤਾਂ ਅਨੰਦਪੁਰ ਸਾਹਿਬ ਦੇ ਇਲਾਕੇ ਨੂੰ ਰਾਜੇ ਚੰਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ। ਠੀਕ ਹੈ ਜੀ, ਇਸ ਤੋਂ ਬਾਅਦ ਕਹਿੰਦੇ ਜਲੰਧਰ ਜਿਹੜਾ ਹੈਗਾ, ਜਿਹੜਾ ਆਪਣਾ ਜਲੰਧਰ ਹੈਗਾ, ਜਲੰਧਰ ਕਿਸ ਉਦਯੋਗ ਦੇ ਲਈ ਮਸ਼ਹੂਰ ਹੈਗਾ? ਠੀਕ ਹੈ ਜੀ, ਜਲੰਧਰ ਕਿਸ ਉਦਯੋਗ ਦੇ ਲਈ ਮਸ਼ਹੂਰ ਹੈਗਾ? ਇਹ ਹੈਗਾ ਜੀ ਖੇਡਾਂ ਅਤੇ ਚਮੜੇ ਲਈ, ਅਤੇ ਸਾਈਕਲ ਵਾਸਤੇ ਮਸ਼ਹੂਰ ਹੈਗਾ ਜੀ ਆਪਣਾ ਲੁਧਿਆਣਾ, ਲੁਧਿਆਣਾ ਸਾਈਕਲ ਵਾਸਤੇ ਮਸ਼ਹੂਰ ਹੈਗਾ।
ਕਹਿੰਦੇ ਜੀ ਬਰਤਾਨਵੀ ਸਾਮਰਾਜ ਸੀ ਜਦੋਂ ਦੁਬਾਰਾ ਪੰਜਾਬ ਦੇ ਕਬਜ਼ੇ ਤੋਂ ਬਾਅਦ ਪੰਜਾਬ ਦਾ ਪਹਿਲਾ ਚੀਫ ਕਮਿਸ਼ਨਰ ਕੌਣ ਬਣਿਆ ਸੀਗਾ ਇਹ ਪੁੱਛ ਰਹੇ ਨੇ। ਇਹ ਬਣਿਆ ਸੀ ਜੀ ਸਰ ਜੌਨ ਲਾਰੈਂਸ। ਠੀਕ ਹੈ ਜੀ, ਸਰ ਜੌਨ ਲਾਰੈਂਸ ਸੀ ਜਿਹੜੇ ਇਹ ਜਦੋਂ ਕਬਜ਼ਾ ਕਰ ਲਿਆ। ਕਬਜ਼ਾ ਕਦੋਂ ਕੀਤਾ ਸੀ ਪੰਜਾਬ 'ਤੇ? 1849 ਦੇ ਵਿੱਚ, ਅਤੇ ਡਲਹੌਜ਼ੀ ਦੇ ਸਮੇਂ ਪੰਜਾਬ 'ਤੇ ਰਾਜ 'ਤੇ ਕਬਜ਼ਾ ਕਰ ਲਿਆ ਸੀਗਾ, ਅਤੇ ਇਸ ਤੋਂ ਬਾਅਦ ਇਹਨੇ ਆਪਣਾ ਪਹਿਲਾ ਚੀਫ ਕਮਿਸ਼ਨਰ ਲਾਇਆ ਸੀ ਜੌਨ ਲਾਰੈਂਸ। ਰਿਗਵੇਦ, ਰਿਗਵੇਦ ਕੀ ਹੈ ਰਾਜੇ? ਰਿਗਵੇਦ ਆਪਣਾ ਸਭ ਤੋਂ ਵੱਡਾ ਗ੍ਰੰਥ ਹੈਗਾ। ਜੇਕਰ ਤੁਹਾਡੇ ਕੋਈ ਪੁੱਛਦਾ ਸਭ ਤੋਂ ਵੱਡਾ ਗ੍ਰੰਥ ਕਿਹੜਾ, ਤੁਸੀਂ ਨਾ ਰਿਗਵੇਦ। ਚਾਰ ਗ੍ਰੰਥ ਆ ਰਾਜੇ ਮੇਨ, ਰਿਗਵੇਦ, ਅਥਰਵੇਦ, ਸਾਮਵੇਦ, ਯੁਰਵੇਦ। ਸਭ ਤੋਂ ਵੱਡਾ ਰਿਗਵੇਦ ਹੈਗਾ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਕਹਿੰਦੇ ਇਹਦੇ ਵਿੱਚ ਕਿਹੜਾ ਦੇਵਤਾ ਹੈਗਾ ਜਿਹਦੀ ਜ਼ਿਆਦਾ ਉਸਤਤ ਜਾਂ ਜ਼ਿਆਦਾ ਜ਼ਿਕਰ ਕੀਤਾ ਗਿਆ ਹੈਗਾ? ਇਹ ਹੈਗਾ ਜੀ ਇੰਦਰ। ਇੰਦਰ ਦੇਵਤੇ ਦਾ ਜ਼ਿਕਰ ਬਹੁਤ ਜ਼ਿਆਦਾ ਕੀਤਾ ਗਿਆ ਇਹਦੇ ਵਿੱਚ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਕਹਿੰਦੇ ਜੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿਹੜਾ ਅੰਮ੍ਰਿਤਸਰ ਭਵਨ ਨਿਰਮਾਣ ਕਲਾ ਦੀ ਵਿਲੱਖਤਾ ਕੀ ਹੈਗੀ? ਤਾਂ ਇਹ ਜ਼ਮੀਨੀ, ਇਹ ਆਲੇ ਦੁਆਲੇ ਦੇ ਜ਼ਮੀਨੀ ਪੱਧਰ ਤੋਂ ਹੇਠਲੇ ਪੱਧਰ ਤੋਂ ਬਣਾਇਆ ਗਿਆ ਹੈਗਾ। ਆਲੇ ਦੁਆਲੇ ਜ਼ਮੀਨੀ ਪੱਧਰ ਤੋਂ ਹੇਠਲੇ ਪੱਧਰ 'ਤੇ ਬਣਾਇਆ ਗਿਆ ਹੈਗਾ। ਏ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਂਸਰ ਹੈਗਾ 96 ਦੇ ਪ੍ਰਸ਼ਨ ਦਾ। ਇਸ ਤੋਂ ਬਾਅਦ ਕਹਿੰਦੇ ਜੀ ਜਿਹੜਾ ਜੀ ਆਪਣਾ ਸਤਲੁਜ ਦਰਿਆ ਹੈਗਾ ਜਿਹਨੂੰ ਜੀ ਬੈਕ ਬੋਨ ਔਫ ਪੰਜਾਬ ਕਿਹਾ ਜਾਂਦਾ ਹੈਗਾ, ਤਾਂ ਪੰਜਾਬ ਦੇ ਰੀੜ੍ਹ ਦੀ ਹੱਡੀ ਕਿਹਨੂੰ ਕਿਹਾ ਜਾਂਦਾ? ਸਤਲੁਜ ਦਰਿਆ ਨੂੰ ਕਿਹਾ ਜਾਂਦਾ। ਸਤਲੁਜ, ਬਿਆਸ, ਰਾਵੀ, 3 ਦਰਿਆ ਹੀ ਹੈ ਜਿਹੜੇ ਪੰਜਾਬ ਦੇ ਵਿੱਚ ਵਗਦੇ ਆ, ਬਾਕੀ 2 ਦਰਿਆ ਆਪਣੇ ਪਾਕਿਸਤਾਨ ਦੇ ਵਿੱਚ ਵਗਦੇ ਆ। ਠੀਕ ਹੈ ਜੀ, 2.5 ਕਹਿ ਸਕਦੇ ਹਾਂ ਆਪਾਂ ਵੈਸੇ। ਠੀਕ ਹੈ ਜੀ, ਵੈਸੇ ਆਪਾਂ 3 ਦਾ ਨਾਂ ਲਾ ਦਿੰਦੇ ਹਾਂ। ਠੀਕ ਹੈ ਜੀ, ਤਾਂ ਜਿਹੜਾ ਸਤਲੁਜ ਦਰਿਆ ਕਹਿੰਦੇ ਇਹਨਾਂ ਦੇ ਵਿੱਚੋਂ ਇਹ ਮੂਲ ਸਥਾਨ ਕਿਹੜਾ ਹੈਗਾ, ਦਰਿਆ ਦਾ ਮੂਲ ਸਥਾਨ ਕਿਹੜਾ ਹੈਗਾ ਉਹ ਪੁੱਛ ਰਹੇ ਨੇ। ਤਾਂ ਇਹ ਹੈਗਾ ਜੀ ਤਿੱਬਤ ਦੇ ਵਿੱਚ ਰਕਸ਼ਾ ਤਲ ਝੀਲ। ਠੀਕ ਹੈ ਜੀ, ਇਹਦਾ ਆਨਸਰ ਹੈਗਾ। ਚਲੋ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ 'ਤੇ। ਕਹਿੰਦੇ ਜੀ ਜਿਹੜਾ ਫਲੋਰ ਕਿਲ੍ਹਾ ਬਣਿਆ ਹੋਇਆ ਹੈਗਾ, ਇਹ ਕਿਲ੍ਹੇ ਨੂੰ ਜਿਹੜਾ ਤਿਆਰ ਕੀਤਾ ਗਿਆ ਹੈਗਾ ਸਾਰਾ ਇਹਦਾ, ਅਤੇ ਇਹਦੇ ਵਿੱਚ ਸ਼ੈਲੀ ਕਿਹੜੀ ਵਰਤੀ ਗਈ ਹੈ? ਇਹਦੇ 'ਚ ਵਰਤੀ ਗਈ ਜੀ ਯੂਰਪੀਅਨ ਭਵਨ ਨਿਰਮਾਣ ਕਲਾ ਸ਼ੈਲੀ। ਠੀਕ ਹੈ ਜੀ, ਯੂਰਪੀਅਨ ਭਵਨ ਨਿਰਮਾਣ ਕਲਾ ਸ਼ੈਲੀ। ਭਾਈ ਹਿੰਮਤ ਸਿੰਘ ਜੀ ਕਿਸ ਨਾਲ ਸੰਬੰਧਿਤ ਹਨ? ਸਭ ਤੋਂ ਪਹਿਲਾਂ ਰਾਜੇ ਭਾਈ ਹਿੰਮਤ ਸਿੰਘ ਜੀ ਕੌਣ ਹੈਗੇ? ਇਹ ਆਪਣੇ ਜਿਹੜੇ 5 ਪਿਆਰੇ ਸੀਗੇ ਉਹਨਾਂ ਵਿੱਚੋਂ ਇੱਕ ਇਹ ਯੋਧਾ ਹੈਗਾ। ਠੀਕ ਹੈ ਜੀ, ਤਾਂ ਇਹ ਕਿੱਥੋਂ ਸੰਬੰਧਿਤ ਸੀ ਜੀ? ਇਹ ਉੜੀਸਾ ਦੇ ਪੁਰੀ ਤੋਂ ਸੰਬੰਧਿਤ ਸੀਗੇ। ਠੀਕ ਹੈ ਜੀ, ਤਾਂ ਬਾਕੀ ਜਦੋਂ ਆਪਾਂ ਗੱਲ ਚੱਲੀ ਪਈ ਤਾਂ 5 ਪਿਆਰਿਆਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਗੱਲ ਕਰਦੇ ਹਾਂ ਭਾਈ ਦਇਆ ਸਿੰਘ ਜੀ ਬਾਰੇ। ਭਾਈ ਦਇਆ ਸਿੰਘ ਜੀ ਬਾਰੇ, ਭਾਈ ਦਇਆ ਸਿੰਘ ਸੀ ਜਿਹੜੇ ਇਹ ਜਾਤ ਦੇ ਖੱਤਰੀ ਸਨ ਜੀ। ਠੀਕ ਹੈ ਜੀ, ਇਹਨਾਂ ਦਾ ਜਨਮ ਸਥਾਨ ਆ ਜਿਹੜਾ ਉਹ ਲਾਹੌਰ ਦਾ ਸੀਗਾ। ਠੀਕ ਹੈ ਜੀ, ਲਾਹੌਰ ਦਾ ਸੀਗਾ, ਅਤੇ ਇਹਨਾਂ ਨੂੰ ਜੋਤੀ ਜੋਤ ਜੀ ਸ਼੍ਰੀ ਹਜ਼ੂਰ ਸਾਹਿਬ ਨਦੇੜੇ ਵਿਖੇ ਸਮਾਏ ਸੀਗੇ 1708 ਦੇ ਵਿੱਚ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਆ ਗਿਆ ਭਾਈ ਧਰਮ ਸਿੰਘ ਜੀ। ਭਾਈ ਧਰਮ ਸਿੰਘ ਜੀ ਜਾਤ ਦੇ ਜੱਟ ਸੀਗੇ। ਠੀਕ ਹੈ ਜੀ, ਇਹਨਾਂ ਦਾ ਜਨਮ ਦਿੱਲੀ ਵਿਖੇ ਹੋਇਆ ਸੀ, ਅਤੇ ਇਹਨਾਂ ਨੇ ਵੀ ਜੋਤੀ ਜੋਤ ਜਿਹੜੇ ਸਮਾਏ ਸੀ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਸਮਾਏ ਸੀਗੇ। ਇਸ ਤੋਂ ਬਾਅਦ ਆਪਣਾ ਪ੍ਰਸ਼ਨ ਆ ਗਿਆ ਜੀ ਭਾਈ ਹਿੰਮਤ ਸਿੰਘ ਜੀ। ਹਿੰਮਤ ਸਿੰਘ ਜੀ ਜਾਤ ਦੇ ਜੀ ਝਿਉਰ ਸੀਗੇ। ਠੀਕ ਹੈ ਜੀ, ਅੱਜ ਇਹਨਾਂ ਦੀ ਗੱਲ ਹੋਣ ਕਰਕੇ ਹਟੇ ਆਪਾਂ। ਇਹਨਾਂ ਦਾ ਜਨਮ ਜਗਨਨਾਥਪੁਰੀ ਉੜੀਸਾ ਦੇ ਵਿੱਚ ਹੋਇਆ ਸੀਗਾ। ਠੀਕ ਹੈ ਜੀ, ਤਾਂ ਇਹ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀਗੇ। ਅਤੇ ਭਾਈ ਮੋਕਮ ਸਿੰਘ ਜੀ ਇਹ ਦਰਜੀ ਸੀਗੇ ਰਾਜੇ। ਇਹਨਾਂ ਦਾ ਦਵਾਰਕਾ ਗੁਜਰਾਤ ਦੇ ਵਿੱਚ ਜਨਮ ਹੋਇਆ ਸੀਗਾ, ਅਤੇ ਚਮਕੌਰ ਦੀ ਜੰਗ ਦੇ ਵਿੱਚ ਇਹ ਵੀ ਸ਼ਹੀਦ ਹੋਏ ਸੀ। ਭਾਈ ਸਾਹਿਬ ਸਿੰਘ ਇਹ ਰਾਜੇ ਜਾਤ ਵਜੋਂ ਨਾਈ ਸੀਗੇ। ਠੀਕ ਹੈ ਜੀ, ਕਰਨਾਟਕਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਅਤੇ ਇਹ ਵੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸੀ। ਕਈ ਵਾਰ ਸਾਡੇ ਤੋਂ ਪ੍ਰਸ਼ਨ ਦੇ ਕੇ ਆਪਸ਼ਨ ਰਹੇ ਨੇ ਜੋ ਕਿਹੜੇ 5 ਪਿਆਰਿਆਂ ਵਿੱਚੋਂ ਕਿਹੜੇ
ਚਮਕੌਰ ਦੀ ਜੰਗ ਵਿੱਚ ਸ਼ਹੀਦ ਨਹੀਂ ਹੋਏ ਸੀਗੇ ਤਾਂ ਯਾਦ ਕਰ ਲਿਓ ਜੀ, ਇਹਨੂੰ ਯਾਦ ਕਰਨ ਦਾ ਤਰੀਕ ਦੱਸ ਦਿੰਦਾ ਤੁਹਾਨੂੰ ਮੈਂ, ਠੀਕ ਹੈ ਜੀ। ਦਇਆ ਕੌਣ ਸਿਖਾਉਂਦਾ? ਆਪਾਂ ਨੂੰ ਧਰਮ ਸਿਖਾਉਂਦਾ ਹੈਗਾ, ਠੀਕ ਹੈ ਜੀ। ਦਇਆ ਕੌਣ ਸਿਖਾਉਂਦਾ? ਆਪਾਂ ਨੂੰ ਧਰਮ ਸਿਖਾਉਂਦਾ। ਧਰਮ ਆਪਣਾ ਕੀ ਕਹਿੰਦਾ? ਕਿ ਹਿੰਮਤ ਰੱਖੋ, ਜਿਵੇਂ ਆਪਣੇ ਗੁਰੂਆਂ ਨੇ ਹਿੰਮਤ ਰੱਖੀ ਹੈ, ਹਿੰਮਤ ਰੱਖੋ, ਆਪਣੀ ਕੌਮ ਦਾ ਮੋਹ ਕਰੋ, ਠੀਕ ਹੈ ਜੀ। ਆਪਣੀ ਆਪਣੀ ਕੌਮ ਦਾ ਕੀ ਕਰੋ? ਮੋਹ ਕਰੋ ਅਤੇ ਉਸ ਸਾਹਿਬ ਪਰਮਾਤਮਾ ਉਸ ਸਾਹਿਬ ਨੂੰ ਯਾਦ ਰੱਖੋ, ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਟ੍ਰਿਕ ਨਾਲ ਯਾਦ ਕਰ ਲਿਓ। ਕਹਿੰਦੇ ਜੀ ਜੇਕਰ 2011 ਦੇ ਅੰਕੜੇ ਦੇਖੀਏ ਆਪਾਂ, ਉਹਦੇ ਅਨੁਸਾਰ ਪੰਜਾਬ ਦੇ ਵਿੱਚ ਕੁੱਲ ਕਿੰਨੇ ਪਿੰਡ ਸੀ? 12,582 ਪਿੰਡ ਸੀਗੇ, ਠੀਕ ਹੈ ਜੀ। ਹੁਣ ਚੱਲਦੇ ਆਪਾਂ ਅਗਲੇ PDF 'ਤੇ। PDF ਰਾਜੇ ਤੁਹਾਨੂੰ ਇਹ 'ਚ ਦੇਖੋ ਵੀਡੀਓ ਭਾਵੇਂ ਤੁਹਾਨੂੰ ਇੱਕ ਅੱਧੀ ਵੱਧ ਮਿਲ ਜੇ, ਠੀਕ ਹੈ ਜੀ। ਹਰੇਕ PDF ਦੇ ਵਿੱਚ 100 MCQ ਆ ਗਏ, ਠੀਕ ਹੈ ਜੀ। ਵੀਡੀਓ ਕਈ ਵਾਰ ਲੰਬੀ ਚਲੀ ਜਾਂਦੀ ਹੁੰਦੀ ਹੈਗੀ, ਠੀਕ ਹੈ ਜੀ। ਇਹ ਆਪਣਾ 4 ਨੰਬਰ PDF ਸ਼ੁਰੂ ਹੋ ਚੁੱਕਿਆ। ਹਾਂ ਕਹਿੰਦੇ ਜੀ ਜਿਹੜਾ ਖਾਲਸਾ ਕਾਲਜ ਆ ਅੰਮ੍ਰਿਤਸਰ ਵਿਖੇ, ਉਹਦਾ ਨਿਰਮਾਤਾ ਕੌਣ ਹੈ ਇਹਨਾਂ ਦੇ ਵਿੱਚੋਂ? ਠੀਕ ਹੈ ਜੀ, ਇਹ ਪੁੱਛ ਰਹੇ ਨੇ ਉਹਦਾ ਨਿਰਮਾਤਾ ਕੌਣ ਹੈਗਾ ਜਿਹੜਾ ਖਾਲਸਾ ਕਾਲਜ ਆਪਣਾ ਅੰਮ੍ਰਿਤਸਰ ਵਿਖੇ ਸਥਿਤ ਹੈਗਾ, ਦੱਸੋ ਜੀ। ਇਹ ਹੈਗਾ ਭਾਈ ਰਾਮ ਸਿੰਘ ਜੀ। ਕੌਣ ਜੀ? ਭਾਈ ਰਾਮ ਸਿੰਘ ਜੀ। ਚਲੋ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਨਾਚ ਸਿਰਫ ਮਰਦਾਂ ਦੁਆਰਾ ਕੀਤਾ ਜਾਂਦਾ ਹੈਗਾ? ਝੂਮਰ ਵੀ ਰਾਜੀ ਸਿਰਫ ਸਾਰਾ ਮਰਦਾਂ ਦੁਆਰਾ ਕਰਿਆ ਜਾਂਦਾ ਹੈਗਾ, ਭੰਗੜਾ ਵੀ ਮਰਦਾਂ ਦੁਆਰਾ ਪਾਇਆ ਜਾਂਦਾ, ਮਲਵਈ ਗਿੱਧਾ ਵੀ। ਤਾਂ ਇਹਦਾ ਆਨਸਰ ਆਜੂਗਾ D ਨੰਬਰ ਆਪਸ਼ਨ। ਇਹ ਸਾਰੇ ਨਾਚ ਆ ਜਿਹੜੇ ਇਹ ਮਰਦਾਂ ਦੁਆਰਾ ਕੀਤੇ ਜਾਂਦੇ ਆ। ਕਹਿੰਦੇ ਜੀ ਸ਼੍ਰੀ ਅਕਾਲ ਤਖਤ ਦੇ ਸਿਖਰ 'ਤੇ ਜਿਹੜਾ ਸੁਨਹਿਰੀ ਗੁੰਬਦ ਬਣਿਆ ਹੋਇਆ ਹੈਗਾ, ਠੀਕ ਹੈ ਜੀ, ਇਹ ਕਿਸ ਦੁਆਰਾ ਬਣਵਾਇਆ ਗਿਆ ਸੀਗਾ? ਤਾਂ ਇਹ ਬਣਵਾਇਆ ਗਿਆ ਸੀ ਜੀ ਆਪਣਾ ਯੋਧਾ ਹਰੀ ਸਿੰਘ ਨਲੂਏ ਦੁਆਰਾ, ਠੀਕ ਹੈ ਜੀ, ਹਰੀ ਸਿੰਘ ਨਲੂਏ ਦੁਆਰਾ। ਮੇਲਾ ਗਦਰੀ ਬਾਬਿਆਂ ਦਾ ਕਿੱਥੇ ਆਯੋਜਿਤ ਹੈ? ਮੇਲਾ ਗਦਰੀ ਬਾਬਿਆਂ ਦਾ ਕਿੱਥੇ ਆਯੋਜਿਤ ਹੈ? ਜਲੰਧਰ ਦੇ ਵਿੱਚ। ਅਤੇ ਬਾਬਾ ਸੋਢਲ ਦਾ ਮੇਲਾ ਵੀ ਜਲੰਧਰ ਦੇ ਵਿੱਚ ਹੀ ਲੱਗਦਾ ਹੈਗਾ, ਠੀਕ ਹੈ ਜੀ। ਕਹਿੰਦੇ ਇਹਨਾਂ ਦੇ ਵਿੱਚੋਂ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੈਗਾ ਜਿਹਨੂੰ ਚਿੱਟਾ ਸੋਨਾ ਕਿਹਾ ਜਾਂਦਾ? ਚਿੱਟਾ ਸੋਨਾ ਕਹਿਣ ਦਾ ਮਤਲਬ ਕਿ ਇੱਥੇ ਕੋਟਨ ਦੀ ਖੇਤੀ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ, ਕਪਾਹ ਦੀ, ਤਾਂ ਕਰਕੇ ਕਹਿੰਦੇ ਉਹ ਨਹੀਂ ਹੈਗਾ ਕਿ ਇੱਥੋਂ ਸੋਨਾ ਨਿਕਲਦਾ ਹੈਗਾ। ਇਹ ਹੈਗਾ ਜੀ ਆਪਣਾ ਮਾਲਵਾ ਏਰੀਆ, ਜਿਹਨੂੰ ਕੋਟਨ ਬੈਲਟ ਦੇ ਨਾਲ ਨਾਲ ਵੀ ਆਪਾਂ ਜਾਣਦੇ ਹਾਂਗੇ, ਠੀਕ ਹੈ ਜੀ, ਮਾਨਸਾ ਏਰੀਆ ਆਪਣਾ। ਕਹਿੰਦੇ ਜੀ ਖੇਲੋ ਇੰਡੀਆ, ਭਾਰਤ ਵਿੱਚ ਖੇਲੋ ਇੰਡੀਆ ਸਕੀਮ ਕਿਸ ਸਾਲ ਸ਼ੁਰੂ ਕੀਤੀ ਗਈ ਸੀਗੀ? ਇਹ ਸ਼ੁਰੂ ਕੀਤੀ ਗਈ ਸੀ ਜੀ 2018 ਦੇ ਵਿੱਚ। ਕਹਿੰਦੇ ਜੀ ਬਿਆਸ ਨਦੀ ਦਾ, ਠੀਕ ਹੈ ਜੀ, ਬਿਆਸ ਨਦੀ ਦਾ ਕਹਿੰਦੇ ਇਹਨਾਂ ਦੇ ਵਿੱਚੋਂ ਵੈਦਿਕ ਨਾਮ ਕੀ ਹੈਗਾ? ਵੈਦਿਕ ਨਹੀਂ ਲਿਖਿਆ, ਵੈਸੇ ਵੈਦਿਕ ਨਾਮ ਹੈਗੇ ਜਿਹੜੇ ਆਹ ਲਿਖੇ ਹੋਏ ਹੈਗੇ, ਠੀਕ ਹੈ ਜੀ। ਬਿਆਸ ਦਾ ਨਾਮ ਹੈਗਾ ਵਿਪਾਸ਼, ਜਾਂ ਵਿਪਾਸ਼ਾ ਵੀ ਕਹਿ ਸਕਦੇ ਹੋ, ਵਿਪਾਸ਼ ਵੀ ਕਹਿ ਸਕਦੇ ਹੋ। ਤਾਂ ਹੁਣ ਆਪਾਂ ਥੋੜ੍ਹੇ ਜਿਹੇ ਨਾਂ ਯਾਦ ਕਰ ਲਈਏ ਜਿਹੜੇ ਆਪਣੇ ਵਾਸਤੇ ਇੰਪੋਰਟੈਂਟ ਹੈਗੇ, ਆਹ ਨਾਂ ਤੁਸੀਂ ਯਾਦ ਨਹੀਂ ਕਰਨੇ ਹੈਗੇ। ਦੇਖੋ ਜੀ ਜਿਹੜੀ ਸਤਲੁਜ ਨਦੀ ਹੈ ਜੀ, ਸਤਲੁਜ ਦਰਿਆ ਸੋਰੀ ਆਪਣਾ, ਉਹਨੂੰ ਜੀ ਗ੍ਰੀਕ ਭਾਸ਼ਾ ਦੇ ਵਿੱਚ, ਗ੍ਰੀਕ ਭਾਸ਼ਾ ਕਿਹੜੀ ਹੁੰਦੀ ਹੈ? ਯੂਨਾਨੀ ਭਾਸ਼ਾ, ਠੀਕ ਹੈ ਜੀ। ਵੈਦਿਕ ਭਾਸ਼ਾ ਨੂੰ ਆਪਾਂ ਵੈਦਿਕ ਭਾਸ਼ਾ ਹੀ ਕਹਿ ਦਿੰਦੇ ਹਾਂ। ਇਹਦੇ ਵਿੱਚ ਸੋਹਣੇ ਉਹ ਜਿਹੜੀ ਆਪਣੀ ਸਤਲੁਜ ਦਰਿਆ, ਉਹਨੂੰ ਹੈਸੀ ਡਰੋਸ ਕਹਿ ਦਿੰਦੇ ਆ, ਅਤੇ ਆਪਣੇ ਪੰਜਾਬ ਵੈਦਿਕ ਦੇ ਵਿੱਚ ਕਹਿ ਦਿੰਦੇ ਆ ਸਤੂਤਰੀ। ਇਸ ਤੋਂ ਬਾਅਦ ਜੇਕਰ ਆਪਾਂ ਬਿਆਸ ਨਦੀ ਦੀ ਗੱਲ ਕਰੀਏ, ਬਿਆਸ ਦੇ ਵਿੱਚ ਹਾਈਪਾਸਿਸ ਕਹਿ ਦਿੰਦੇ ਆ, ਅਤੇ ਉਹ ਇਹਨੂੰ ਵਿਪਾਸ਼ ਕਹਿ ਦਿੰਦੇ ਆ। ਰਾਵੀ ਨਦੀ ਨੂੰ ਗ੍ਰੀਕ ਦੇ ਵਿੱਚ ਹਾਈਡਰਾ ਓਰਟਿਸ ਕਹਿ ਦਿੰਦੇ ਆ, ਅਤੇ ਇਹਨੂੰ ਪਰੂਸ਼ਿਨੀ ਕਹਿ ਦਿੰਦੇ ਆ। ਚਨਾਬ ਨੂੰ ਐਕਸਿਨਸ ਕਹਿ ਦਿੰਦੇ ਆ, ਅਤੇ ਇਹਨੂੰ ਅਸਕਿਨੀ ਕਹਿ ਦਿੰਦੇ ਆ, ਠੀਕ ਹੈ। ਜਹਿਲਮ ਨੂੰ ਹਾਈਦਾਸਪੈਸ ਕਹਿ ਦਿੰਦੇ, ਇਹਨੂੰ ਬਤਾਸਤਾ ਕਹਿ ਦਿੰਦੇ ਆ, ਠੀਕ ਹੈ ਜੀ।
ਤਾਂ ਇਹ ਨਾਮ ਹੈਗੇ, ਇਹ ਨਾਮ ਚੰਗੀ ਤਰ੍ਹਾਂ ਯਾਦ ਕਰ ਲਓ, ਠੀਕ ਹੈ ਜੀ। ਇਹਨਾਂ 'ਚੋਂ ਪ੍ਰਸ਼ਨ ਪੱਕਾ ਤੁਹਾਡਾ ਕਿਸੇ ਨਾ ਕਿਸੇ ਪੇਪਰ ਵਿੱਚ ਬਣੂਗਾ। ਕਹਿੰਦੇ ਜੀ, ਗੁਰੂ ਕੇ ਮਹਿਲ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਦੁਆਰਾ ਕਰੀ ਗਈ ਸੀ? ਤਾਂ ਇਹਦੀ ਸਥਾਪਨਾ ਕੀਤੀ ਗਈ ਸੀ ਜੀ 1573 ਈਸਵੀ ਦੇ ਵਿੱਚ। ਕਿਹੜੇ ਸਿੱਖ ਗੁਰੂ ਸਾਹਿਬਾਨ ਦੁਆਰਾ ਕੀਤੀ ਗਈ ਸੀ? ਇਹ ਕੀਤੀ ਗਈ ਸੀ ਜੀ ਆਪਣੇ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ। ਆਪਸ਼ਨ ਨੰਬਰ 4 ਆਪਣਾ ਬਿਲਕੁਲ ਸਹੀ ਆਨਸਰ ਹੋਊਗਾ। ਆਹ ਲਿਖਿਆ ਹੋਇਆ ਥੱਲੇ 1573 ਦੇ ਵਿੱਚ। ਕਹਿੰਦੇ ਜੀ, ਪੰਜਾਬ ਸਰਕਾਰ ਨੇ ਕਿਸ ਸਾਲ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਸ਼ੁਰੂ ਕੀਤੀ ਸੀਗੀ? ਠੀਕ ਹੈ ਜੀ, ਇਹ ਸਕੀਮ ਸ਼ੁਰੂ ਕੀਤੀ ਗਈ ਸੀ ਜੀ 2011 ਦੇ ਵਿੱਚ। ਠੀਕ ਹੈ ਜੀ, ਦੇਖੋ ਇਹ ਸਕੀਮ ਦਾ ਫਾਇਦਾ ਕਿਹਨਾਂ ਨੂੰ ਹੁੰਦਾ ਸੀ? ਇਸ ਸਕੀਮ ਦਾ ਫਾਇਦਾ ਉਹਨਾਂ ਨੂੰ ਹੁੰਦਾ ਸੀ ਜਿਨ੍ਹਾਂ ਦੇ ਪਰਿਵਾਰ ਦੀ ਇਨਕਮ ਸਾਲ ਦੀ 30,000 ਰੁਪਏ ਤੋਂ ਘੱਟ ਹੈਗੀ, ਅਤੇ ਇਸ ਯੋਜਨਾ ਦੇ ਵਿੱਚ 20,000 ਰੁਪਇਆ LIC ਕੋਲ ਹੁੰਦਾ ਸੀਗਾ। ਕਹਿੰਦੇ ਜੀ, ਪੰਜਾਬ ਦੇ ਵਿੱਚ ਏਅਰ ਕਾਰਗੋ ਕੰਪਲੈਕਸ ਹੈ ਜਿਹੜੀ, ਇਹ ਕਿੱਥੇ ਸਥਾਪਿਤ ਹੈਗੀ? ਠੀਕ ਹੈ ਜੀ, ਇਹ ਕਿੱਥੇ ਸਥਾਪਿਤ ਆ ਆਪਾਂ ਤੋਂ ਇਹ ਪੁੱਛ ਰਹੇ ਨੇ, ਤਾਂ ਇਹ ਸਥਾਪਿਤ ਆ ਜੀ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਪੰਜਾਬੀ ਔਰਤਾਂ ਦੁਆਰਾ ਆਪਣੇ ਵਾਲਾਂ ਵਿੱਚ ਪਹਿਨੀ ਜਾਣ ਵਾਲੀ ਡੋਰੀ ਨੂੰ ਕੀ ਕਿਹਾ ਜਾਂਦਾ ਹੈਗਾ? ਪਰਾਂਦਾ। ਤੇਰਾ ਹਿੱਕ ਤੇ ਪਰਾਂਦਾ ਮਾਰਿਆ ਨਹੀਂ ਹਜੇ ਤੱਕ, ਭੁੱਲਿਆ ਹੀ ਨਹੀਂ, ਗੀਤ ਨਹੀਂ ਸੁਣਿਆ ਤੁਸੀਂ ਉਹ? ਠੀਕ ਹੈ ਜੀ, ਕਿਸ ਰਾਜ ਨੂੰ ਭਾਰਤ ਦਾ ਅੰਨ ਦਾ ਕਟੋਰਾ ਕਿਹਾ ਜਾਂਦਾ ਹੈਗਾ? ਇਹ ਪ੍ਰਸ਼ਨ ਪਹਿਲਾਂ ਵੀ ਤੁਹਾਨੂੰ ਮੈਂ ਇਸੇ ਵੀਡੀਓ ਦੇ ਵਿੱਚ ਕਰਵਾ ਕੇ ਗਿਆ, ਪੰਜਾਬ GKL ਦੇ ਵਿੱਚ, ਅਤੇ ਰਿਪੀਟ ਹੋ ਗਿਆ। ਤਾਂ ਇਹ ਕਿਹਾ ਜਾਂਦਾ ਜੀ ਪੰਜਾਬ ਨੂੰ। ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਹੈਗਾ। ਕਹਿੰਦੇ ਜੀ, 2023 ਅਤੇ 24 ਦੇ ਅਨੁਸਾਰ ਜਿਹੜੇ ਆਪਣੇ ਪੰਜਾਬ ਦਾ ਅਨੁਮਾਨਿਤ ਕੁੱਲ ਘਰੇਲੂ ਰਾਜ ਘਰੇਲੂ ਉਤਪਾਦ ਕਿੰਨੇ ਲੱਖ ਕਰੋੜ ਰੱਖਿਆ ਗਿਆ ਹੈਗਾ? ਇਹ ਰੱਖਿਆ ਗਿਆ ਜੀ 6.98 ਲੱਖ ਕਰੋੜ। ਕਹਿੰਦੇ ਜੀ, ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਦੋਂ ਸ਼ੁਰੂ ਕੀਤੀ ਸੀਗੀ? ਇਹ ਸ਼ੁਰੂ ਕੀਤੀ ਸੀ ਜੀ 2019 ਦੇ ਵਿੱਚ। ਕਹਿੰਦੇ ਜੀ, 2011 ਦੀ ਜਨਗਣਨਾ ਅਨੁਸਾਰ ਪੇਂਡੂ ਜਨਸੰਖਿਆ ਕਿੰਨੇ ਪ੍ਰਤੀਸ਼ਤ ਹੈਗੀ ਸਾਰੀ ਜਨਸੰਖਿਆ ਦਾ? ਤਾਂ ਇਹ ਹੈਗੀ ਜੀ 62.51%। ਸੀ ਨੰਬਰ ਆਪਸ਼ਨ ਆ 15ਵੇਂ ਆਨਸਰ ਆਪਣਾ। ਹਰਚੰਦ ਸਿੰਘ ਲੌਂਗੋਵਾਲ ਰਾਜੇ, ਇਹ ਉਹੀ ਲੌਂਗੋਵਾਲ ਹੈ ਜਿਨ੍ਹਾਂ ਦਾ ਨਵਾਰ ਰਾਜੀਵ ਲੌਂਗੋਵਾਲ ਪੈਕਟ ਕੀਤਾ ਗਿਆ ਸੀ 1985 ਦੇ ਵਿੱਚ। ਤੁਹਾਡੇ ਨਾਲ ਇਹਦੇ ਪਹਿਲਾਂ ਵੀ ਡਿਟੇਲ ਦੇ ਵਿੱਚ ਗੱਲ ਕਰਕੇ ਗਏ ਇਹਨਾਂ ਵੀਡੀਓ ਦੇ ਵਿੱਚ ਹੀ। ਤਾਂ ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ ਜੀ? ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਸੀ। ਇਹ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ। ਗੁਰਦੁਆਰਾ ਮਾਤਾ ਕੌਲਾਂ ਜੀ ਕਿਸ ਸ਼ਹਿਰ ਦੇ ਵਿੱਚ ਸਥਿਤ ਹੈਗਾ? ਠੀਕ ਹੈ ਜੀ, ਤਾਂ ਇਹ ਰਾਜੇ ਜਿਹੜਾ ਸਥਿਤ ਹੈਗਾ, ਇਹ ਹੈਗਾ ਜੀ ਆਪਣਾ ਅੰਮ੍ਰਿਤਸਰ ਵਿਖੇ। ਠੀਕ ਹੈ ਜੀ, ਅੰਮ੍ਰਿਤਸਰ ਵਿਖੇ। ਸ਼੍ਰੀ ਗੀਤਾ ਭਵਨ ਇਹ ਇੱਕ ਹਿੰਦੂ ਮੰਦਿਰ ਹੈਗਾ, ਇਹ ਕਿਸ ਸ਼ਹਿਰ ਦੇ ਵਿੱਚ ਸਥਿਤ ਹੈਗਾ? ਤਾਂ ਇਹ ਸਥਿਤ ਹੈ ਜੀ ਮੋਗਾ ਦੇ ਵਿੱਚ। ਠੀਕ ਹੈ ਜੀ, ਕਿੱਥੇ ਸਥਿਤ ਹੈ? ਮੋਗਾ ਦੇ ਵਿੱਚ। ਕਹਿੰਦੇ ਜੀ, ਜਦੋਂ ਭਾਰਤ ਦੀ ਵੰਡ ਹੋਈ ਸੀ ਉਸ ਸਮੇਂ ਪੰਜਾਬ ਦਾ ਗਵਰਨਰ ਕੌਣ ਸੀਗਾ? ਜੋ ਭਾਰਤ ਦੀ ਵੰਡ ਹੋਈ ਸੀ ਉਸ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਇਹ ਪੁੱਛ ਰਹੇ ਨੇ ਆਪਾਂ ਤੋਂ। ਉਦੋਂ ਹੈਗਾ ਸੀ ਜੀ ਸਰ ਈਵਨ ਮੈਰੀਥਨ ਜੈਨਕਿਨਸ। ਇਹ ਪ੍ਰਸ਼ਨ ਵੀ ਤੁਹਾਨੂੰ ਮੈਂ ਕਰਵਾਇਆ ਹੋਇਆ ਹੈਗਾ। ਕਹਿੰਦੇ ਜੀ, 1859 ਦੇ ਵਿੱਚ ਡਲਹੌਜ਼ੀ ਦੇ ਸਮੇਂ ਪੰਜਾਬ 'ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀਗਾ। ਕਹਿੰਦੇ ਅੰਗਰੇਜ਼ਾਂ ਨੇ ਕਦੋਂ ਤੱਕ ਪੰਜਾਬ 'ਤੇ ਆਪਣਾ ਕਬਜ਼ਾ ਰੱਖਿਆ ਹੈਗਾ? ਤਾਂ 1947 ਤੱਕ ਭਾਈ ਪੰਜਾਬ 'ਤੇ ਆਪਦਾ ਕਬਜ਼ਾ ਰੱਖਿਆ, ਜਦੋਂ ਤੱਕ ਆਪਾਂ ਨੂੰ ਆਜ਼ਾਦੀ ਨਹੀਂ ਮਿਲੀ ਸੀਗੀ। ਜਲੰਧਰ ਤੋਂ ਲਗਭਗ 13 ਕਿਲੋਮੀਟਰ ਦੂਰ ਸਰਾਹੇ ਨੂਰ ਮਹਿਲ ਨੂੰ ਕਿਸ ਬਾਦਸ਼ਾਹ ਦੀ ਪਤਨੀ ਨੂਰ ਜਹਾਂ ਦੁਆਰਾ ਬਣਾਇਆ ਗਿਆ ਸੀਗਾ?
ਤਾਂ ਨੂਰ ਜਹਾਂ ਕਿਹਦੀ ਪਤਨੀ ਸੀ ਜੀ ਇਹਨਾਂ ਦੇ ਵਿੱਚੋਂ? ਜਹਾਂਗੀਰ ਦੀ। ਤਾਂ ਇਹ ਜਹਾਂਗੀਰ ਉਹੀ ਹੈ ਜਿਹਨੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀਗਾ ਤਸੀਹੇ ਦੇ ਕੇ। ਠੀਕ ਹੈ ਜੀ, ਚਲੋ। ਕਹਿੰਦੇ ਜੀ ਪੰਜਾਬ ਵਿੱਚ ਅਕਾਲੀ ਦਲ ਦੁਆਰਾ ਪੰਜਾਬੀ ਸੂਬਾ ਨਾਅਰਾ ਅੰਦੋਲਨ, ਕਿਹੜਾ ਜੀ? ਪੰਜਾਬੀ ਸੂਬਾ ਨਾਅਰਾ ਅੰਦੋਲਨ ਕਿਸ ਸਾਲ ਸ਼ੁਰੂ ਕੀਤਾ ਸੀਗਾ? ਠੀਕ ਹੈ ਜੀ, ਦੱਸੋ। ਇਹ ਸ਼ੁਰੂ ਕੀਤਾ ਗਿਆ ਸੀ ਜੀ 1955 ਦੇ ਵਿੱਚ। ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਬਾਰਾਦਰੀ, ਜਿਹਨੂੰ ਆਪਾਂ ਅਨਾਰਕਲੀ ਵਜੋਂ ਜਾਣਦੇ ਹਾਂ, ਬਾਰਾਦਰੀ ਤਾਂ ਮੈਨੂੰ ਪਤਾ, ਇੱਥੇ ਬਹੁਤ ਬੱਚਿਆਂ ਨੇ ਆਂਸਰ ਪਟਿਆਲਾ ਲਾ ਕੇ ਆਉਣਾ ਸੀਗਾ, ਪਟਿਆਲਾ ਆਪਸ਼ਨ 'ਚ ਵੀ ਨਹੀਂ ਹੈਗਾ, ਅਤੇ ਨਾਰਵੇ ਅਨਾਰਕਲੀ ਪਾਤਾ। ਠੀਕ ਹੈ ਜੀ, ਕਿਹੜੇ ਜ਼ਿਲ੍ਹੇ ਵਿੱਚ ਬਾਰਾਦਰੀ ਵਜੋਂ ਜਾਣਿਆ ਜਾਂਦਾ ਗਾ? ਦੱਸੋ ਜੀ ਕਿਹੜਾ ਜ਼ਿਲ੍ਹਾ ਜਾਣਿਆ? ਗੁਰਦਾਸਪੁਰ ਦੇ ਵਿੱਚ ਜੀ। ਠੀਕ ਹੈ ਜੀ। ਕਹਿੰਦੇ 2011 ਦੀ ਜਨਗਣਨਾ ਦੇਖੀ ਜਾਵੇ ਜੇਕਰ, ਉਹਦੇ ਅਨੁਸਾਰ ਸਾਰੇ ਭਾਰਤੀ ਰਾਜਾਂ ਅਤੇ ਯੂਟੀਆਂ ਨੂੰ ਮਿਲਾ ਕੇ ਭਾਰਤ ਦੇ ਵਿੱਚ ਪੰਜਾਬ ਦਾ ਰੈਂਕ ਕਿੱਥੇ ਕੁ ਬਣਦਾ ਗਾ? 29ਵਾਂ ਰੈਂਕ ਬਣਦਾ ਰਾ ਜੀ ਪੰਜਾਬ ਦਾ। ਇੱਥੇ ਪੰਜਾਬ ਲਿਖਿਆ ਨਹੀਂ ਹੈਗਾ ਕਿਤੇ, ਪੰਜਾਬ ਲਿਖਣਾ ਸੀਗਾ। ਪੰਜਾਬ ਲਿੰਗ ਅਨੁਪਾਤ ਦੇ ਮਾਮਲੇ ਵਿੱਚ ਬਹੁਤ ਹੀ ਖਰਾਬ ਰੈਂਕ ਹੈਗਾ, 29ਵਾਂ ਰੈਂਕ ਆਪਣਾ। ਇਹਨਾਂ ਵਿੱਚੋਂ ਕਿਹੜਾ ਇਤਿਹਾਸਿਕ ਸਥਾਨ ਅੰਮ੍ਰਿਤਸਰ ਵਿੱਚ ਸਥਿਤ ਨਹੀਂ ਹੈ? ਦੇਖੋ ਜੀ, ਪਾਰਸ਼ੀਅਨ ਮਿਊਜ਼ੀਅਮ ਜਿਹਦੇ ਵਿੱਚ ਆਪਣੇ ਪੰਜਾਬ ਦੀ ਵੰਡ ਹੋਈ ਸੀ, ਉਹਦੇ ਬਾਰੇ ਡਿਸਕਸ਼ਨ ਕੀਤਾ ਗਿਆ, ਉਹਦੇ ਬਾਰੇ ਚੀਜ਼ਾਂ ਦੱਸੀਆਂ ਗਈਆਂ, ਉਹਦਾ ਇਤਿਹਾਸ ਦਿਖਾਇਆ ਗਿਆ। ਗੁਰੂ ਕਾ ਮਹਿਲ ਆਪਾਂ ਹੁਣੀ ਗੱਲ ਕਰਕੇ ਹਟਿਆ, 1573 ਦੇ ਵਿੱਚ ਚੌਥੇ ਗੁਰੂ ਜੀ ਦੁਆਰਾ ਬਣਾਇਆ ਗਿਆ ਸੀਗਾ। ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ 1919 ਦੇ ਵਿੱਚ ਅੰਮ੍ਰਿਤਸਰ ਵਿਖੇ ਹੋਈ ਸੀ। ਤਾਂ ਮੂੜ ਫੋਰਟ, ਠੀਕ ਹੈ ਜੀ, ਇਹ ਇੱਥੇ ਅੰਮ੍ਰਿਤਸਰ ਦੇ ਵਿੱਚ ਸਥਿਤ ਨਹੀਂ ਹੈਗਾ, ਬਾਕੀ 3 ਚੀਜ਼ਾਂ ਅੰਮ੍ਰਿਤਸਰ ਦੇ ਵਿੱਚ ਸਥਿਤ ਹੈਗੀਆਂ ਗੀਆਂ। ਕਹਿੰਦੇ ਪੰਜਾਬ ਦਾ ਕਿਹੜਾ ਖੇਤਰ ਅਰਧ ਬੰਜਰ ਅਤੇ ਰੇਗਿਸਤਾਨ ਵਰਗਾ ਦ੍ਰਿਸ਼ ਦਿਖਾਈ ਦਿੰਦਾ ਗਾ? ਕਿਹੜੇ ਖੇਤਰ ਦੇ ਵਿੱਚ ਦਿੰਦਾ ਗਾ ਇਹ ਆਪਾਂ ਨੂੰ ਦਿਖਾਈ? ਤਾਂ ਇਹ ਦੇਖੋ ਜੀ ਰਾਜੇ, ਆਪਣਾ ਆਹ ਖੇਤਰ ਆ ਗਿਆ, ਜਿੱਧਰਲੇ ਪਾਸੇ ਆਪਣਾ ਰਾਜਸਥਾਨ ਵੀ ਆ ਜਾਂਦਾ ਗਾ, ਥੋੜ੍ਹਾ ਜਿਹਾ ਨਾਲ ਆਪਣੇ ਨਾਲ ਟੱਚ ਕਰਦਾ ਗਾ, ਅਤੇ ਆਪਣਾ ਉਹ ਵੀ ਆ ਜਾਂਦਾ ਹਰਿਆਣਾ। ਠੀਕ ਹੈ ਜੀ, ਤਾਂ ਇਹ ਆਪਣਾ ਕਿਹੜਾ ਏਰੀਆ ਆ ਗਿਆ? ਆਹ ਤਾਂ ਆ ਗਿਆ ਆਪਣਾ ਸਾਊਥ, ਆਹ ਆ ਗਿਆ ਆਪਣਾ ਈਸਟ। ਤਾਂ ਜਿੱਥੇ ਵੀ ਕਿਤੇ ਤੁਹਾਨੂੰ ਦੱਖਣ ਪੂਰਬ ਮਿਲਦਾ ਗਾ ਉਹ ਆਪਣਾ ਆਂਸਰ ਹੈਗਾ। ਕਹਿੰਦੇ 13 ਨਵੰਬਰ 1780 ਦੇ ਵਿੱਚ ਜਨਮੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਹਿਲਾ ਨਾਮ ਕੀ ਸੀ? ਪਹਿਲਾ ਰਾਜਾ ਇਹਨਾਂ ਨੂੰ ਬੁੱਧ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਠੀਕ ਹੈ ਜੀ, ਬੁੱਧ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ। 1839 ਦੇ ਵਿੱਚ ਫਿਰ ਇਹਨਾਂ ਦੀ ਡੈਥ ਹੋ ਗਈ ਸੀਗੀ। ਠੀਕ ਹੈ ਜੀ। ਕਹਿੰਦੇ ਜੀ ਹੋਲਾ ਮਹੱਲਾ ਕਿਸ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਗਾ? ਹੋਲਾ ਮਹੱਲਾ ਕਿਸ ਦੇਸੀ ਮਹੀਨੇ 'ਚ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ ਜੀ ਚੇਤ ਦੇ ਵਿੱਚ। ਕਦੋਂ ਮਨਾਇਆ ਜਾਂਦਾ? ਚੇਤ ਦੇ ਵਿੱਚ। ਜੁਲਫਾ ਮੰਦਰ ਪੰਜਾਬ ਦੇ ਕਿਸ ਸ਼ਹਿਰ ਦੇ ਵਿੱਚ ਸਥਿਤ ਹੈਗਾ? ਇਹ ਇੱਕ ਹਿੰਦੂ ਮੰਦਰ ਆ ਸੋਹਣਿਓ, ਤਾਂ ਇਹ ਰੋਪੜ ਦੇ ਵਿੱਚ ਸਥਿਤ ਹੈਗਾ। ਰੋਪੜ ਦਾ ਦੂਸਰਾ ਨਾਮ ਰੂਪਨਗਰ ਹੈਗਾ। ਆਹ ਵੀ ਪ੍ਰਸ਼ਨ ਪਹਿਲਾਂ ਕਾਫੀ ਵਾਰੀ ਕਰਕੇ ਹਟਿਆ, ਖੈਰੂਦੀਨ ਮਸਜਿਦ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਹੈਗੀ? ਖੈਰੂਦੀਨ ਮਸਜਿਦ ਪੰਜਾਬ ਦੇ ਕਿਹੜੇ ਇਲਾਕੇ 'ਚ ਸਥਿਤ ਹੈ ਜੀ? ਇਹ ਅੰਮ੍ਰਿਤਸਰ ਵਿਖੇ ਸਥਿਤ ਹੈਗੀ। ਕਹਿੰਦੇ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਆ ਜਿਹੜੇ, ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ? ਇਹ ਸੰਬੰਧਿਤ ਸੀਗੇ ਜੀ ਕਾਂਗਰਸ ਦੇ ਨਾਲ, ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਬੰਧਿਤ ਸੀ। ਕਾਂਗਰਸ ਦੀ ਸਥਾਪਨਾ ਹੋਈ ਸੀ 1885 ਦੇ ਵਿੱਚ। ਫਾਊਂਡਰ ਕੌਣ ਸੀ ਇਹਦਾ? ਏ ਓ ਹਿਊਮ ਸੀ। ਅਤੇ ਇਹ ਜਦੋਂ ਬਣੀ ਸੀ ਰਾਜ, ਉਸ ਸਮੇਂ ਗਵਰਨਰ ਜਨਰਲ ਜਾਂ ਵਾਇਸ ਰਾਏ ਕੌਣ ਸੀਗਾ? ਡਫਰਿਨ, ਡਫਰਿਨ ਸੀਗਾ। ਠੀਕ ਹੈ ਜੀ। ਕਹਿੰਦੇ ਜੀ ਨੂਰਪੁਰ ਕਿਲ੍ਹਾ, ਜਿਸ ਨੂੰ ਪਹਿਲਾਂ ਧਮੇਰੀ ਕਿਲ੍ਹੇ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਸੀ ਕਿ ਇਹ ਕਿਲ੍ਹਾ ਕਿੱਥੇ ਸਥਿਤ ਆ ਪੰਜਾਬ ਦੇ ਵਿੱਚ? ਤਾਂ ਇਹ ਸਥਿਤ ਆ ਜੀ ਆਪਣੇ ਪਠਾਨਕੋਟ ਦੇ ਵਿੱਚ।
ਜਨਗਣਨਾ ਦੇਖੀਏ, ਜੇਕਰ ਆਪਾਂ 2011 ਦਾ ਜਨਗਣਨਾ ਦੇਖੀਏ, ਉਹਦੇ ਅਨੁਸਾਰ ਸਾਰੇ ਭਾਰਤੀ ਰਾਜਾਂ ਅਤੇ ਯੂਟੀ ਦੇ ਵਿੱਚ ਪੰਜਾਬ ਦਾ ਲਿਟਰੇਸੀ ਰੇਟ ਕਿਹੜੇ ਸ ਕਿੰਨੇ ਨਾ ਕਿੰਨੇ ਲੋਕ ਪੰਜਾਬ ਦੇ ਵਿੱਚ ਪੜ੍ਹੇ ਲਿਖੇ, ਉਸ ਹਿਸਾਬ 'ਤੇ ਆਪਾਂ ਆਪਣਾ ਕਿੰਨਵਾਂ ਰੈਂਕ ਬਣਦਾ ਜੀ, 21ਵਾਂ ਰੈਂਕ ਬਣਦਾ ਗਾ, ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਹੈ। ਭੰਗੜਾ ਨਾਚ ਦੀ ਸ਼ੁਰੂਆਤ ਪੰਜਾਬ ਦੇ ਕਿਸ ਖੇਤਰ ਵਿੱਚ ਹੋਈ ਸੀ, ਕਿਸ ਖੇਤਰ ਤੋਂ ਹੋਈ ਸੀ? ਭੰਗੜਾ ਨਾਚ ਜਿਹੜਾ ਆਪਾਂ ਭੰਗੜਾ ਕਰਦੇ ਹਾਂ, ਇਹਦੀ ਸ਼ੁਰੂਆਤ ਪੰਜਾਬ ਦੇ ਕਿਸ ਖੇਤਰ ਤੋਂ ਹੋਈ ਸੀ? ਮਾਝੇ ਤੋਂ ਹੋਈ ਸੀ ਜੀ। ਮਾਝੇ ਦੇ ਵਿੱਚ ਕਿਹੜੇ ਕਿਹੜੇ ਆ ਗਏ? ਤਰਨ ਤਾਰਨ, ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ। ਮਾਲਵੇ ਦੇ ਵਿੱਚ ਆਪਣੇ 15 ਜ਼ਿਲ੍ਹੇ ਆ ਗਏ। ਦੁਆਬੇ ਦੇ ਵਿੱਚ ਆਪਣਾ ਕਿਹੜਾ? ਪੁਆਂਧ ਦੇ ਵਿੱਚ, ਮੋਹਾਲੀ ਪੁਆਂਧ ਦੇ ਵਿੱਚ ਆ ਜਾਂਦਾ ਗਾ, ਠੀਕ ਹੈ ਜੀ, ਪੁਆਂਧੀ ਬੋਲੀ ਜਾਂਦੀ ਇੱਥੇ ਥੋੜ੍ਹੀ ਥੋੜ੍ਹੀ ਭਾਸ਼ਾ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਠੀਕ ਹੈ ਜੀ, ਇਹ ਆਪਣੇ ਇਹਦੇ 'ਚ ਆ ਗਏ। ਕਹਿੰਦੇ ਜੀ ਅਗਸਤ 1982 ਦੇ ਵਿੱਚ ਅਕਾਲੀ ਦਲ ਨੇ ਧਰਮ ਯੁੱਧ ਜਾਂ ਧਰਮ ਦੀ ਲੜਾਈ ਕਿਸ ਦੀ ਅਗਵਾਈ ਦੇ ਵਿੱਚ ਕੀਤੀ ਸੀਗੀ? ਠੀਕ ਹੈ ਜੀ, ਇਹ ਕੀਤੀ ਸੀ ਇਹਨਾਂ ਨੇ ਜੀ ਆਪਣੇ ਹਰਚੰਦ ਸਿੰਘ ਲੌਂਗੋਵਾਲ, ਹਰਚੰਦ ਸਿੰਘ ਲੌਂਗੋਵਾਲ ਦੇ ਹੱਕ ਦੇ, ਉਹਦੇ ਨਾਲ ਅਗਵਾਈ ਦੇ ਨਾਲ, ਠੀਕ ਹੈ ਜੀ। 2011 ਦੀ ਜੇਕਰ ਆਪਾਂ ਜਨਗਣਨਾ ਦੇਖੀਏ, ਉਹਦੇ ਅਨੁਸਾਰ ਜੈਨ ਧਰਮ ਦੀ ਆਬਾਦੀ ਕਿੰਨੀ ਸੀਗੀ? ਤਾਂ ਇਹ ਆਬਾਦੀ ਸੀਗੀ ਸੀ 0.16%, ਬਹੁਤ ਘੱਟ ਆਬਾਦੀ ਹੈ, ਠੀਕ ਹੈ ਜੀ। ਇਹਨਾਂ ਦੇ ਵਿੱਚੋਂ ਕਿਹੜਾ ਪੰਜ ਕਕਾਰਾਂ ਦਾ ਹਿੱਸਾ ਨਹੀਂ ਹੈਗਾ? ਕਿਉਂਕਿ ਗੁਰੂ ਜੀ ਨੇ ਆਪਣੇ ਪੰਜ ਕਕਾਰ ਬਖਸ਼ੇ ਹੈ, ਪਰ ਅੰਮ੍ਰਿਤ ਛਕਣ ਵੇਲੇ ਸਿੱਖ ਪੁਰਸ਼ ਅਤੇ ਔਰਤਾਂ ਇਸ ਨੂੰ ਲਾਜ਼ਮੀ ਧਾਰਨ ਕਰਦੇ ਹਨ, ਇਹ ਹੈਗਾ ਜੀ ਕੁੜਤਾ, ਠੀਕ ਹੈ ਜੀ। ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸੀ ਜੀ? ਇਹ ਬੱਚੇ ਬੱਚੇ ਨੂੰ ਪਤਾ ਹੋਊਗਾ, ਬਾਬਾ ਬੁੱਢਾ ਸਿੰਘ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸਨ। ਪੰਜਾਬ ਦੇ ਵਿੱਚ ਸ਼ਮਸ਼ੇਰ ਖਾਨ ਦਾ ਮਕਬਰਾ ਕਿੱਥੇ ਸਥਿਤ ਹੈ ਜੀ? ਪੰਜਾਬ ਦੇ ਵਿੱਚ ਸ਼ਮਸ਼ੇਰ ਖਾਨ ਦਾ ਮਕਬਰਾ ਜਿਹੜਾ ਹੈ ਬਟਾਲਾ ਦੇ ਵਿੱਚ ਸਥਿਤ ਹੈਗਾ। ਕਹਿੰਦੇ ਭਾਰਤੀ ਸੰਸਦ ਨੇ ਪੰਜਾਬੀ ਸੂਬੇ ਦੀ ਅਕਾਲੀ ਮੰਗ ਨੂੰ ਪਹਿਲੀ ਵਾਰ ਕਦੋਂ ਮਨਜ਼ੂਰ ਕੀਤਾ ਸੀਗਾ? ਦੇਖੋ ਜੀ, ਜਿਹੜੀ ਪੰਜਾਬੀ ਸੂਬੇ ਦੀ ਮੰਗ ਸੀ, ਇਹ ਜ਼ਿਆਦਾਤਰ ਅਕਾਲੀ ਦਲ ਦੀ ਮੰਗ ਸੀਗੀ ਕਿ ਸਾਨੂੰ ਹਰਿਆਣਾ ਪੰਜਾਬ ਨੂੰ ਅਲੱਗ ਕੀਤਾ ਜਾਵੇ, ਕਿਉਂਕਿ ਸਿੱਧੀ ਗੱਲ ਦੱਸਦਾ ਇਹਨਾਂ ਨੇ ਬਣਾਉਣੀ ਸੀ ਆਪਣੀ ਸਰਕਾਰ, ਭਾਈ ਸਰਕਾਰ ਸਿਰਫ ਇਹਨਾਂ ਦੀ ਪੰਜਾਬੀ ਬਣਾ ਸਕਦੇ ਸੀ, ਇਹਨੂੰ ਆਏ ਸੀ ਕਿ ਜੇ ਇਹ ਇਕੱਠੇ ਰਹਿ ਗਏ ਤਾਂ ਇਹਨਾਂ ਨੇ ਸਾਡੀ ਸਰਕਾਰ ਨਹੀਂ ਬਣ ਦੇਣੀ, ਤਾਂ ਕਰਕੇ ਰਾਜੇ ਸਰਕਾਰਾਂ ਨੇ ਆਪਦੇ ਮੋਟਿਵ ਦੇ ਲਈ ਪੰਜਾਬ ਅਤੇ ਹਰਿਆਣਾ ਨੂੰ ਅਲੱਗ ਅਲੱਗ ਭਾਗਾਂ ਦੇ ਵਿੱਚ ਵੰਡਤਾ, ਤਾਂ ਹੀ ਤਾਂ ਆਪਣਾ ਪੰਜਾਬ ਨਿਕਲ ਜਾ ਰਿਹਾ ਸੁੰਗੜ ਕੇ, ਠੀਕ ਹੈ ਜੀ, ਨਹੀਂ ਪੰਜਾਬ ਨੂੰ ਸੋਨੇ ਦੀ ਚਿੜੀ ਉਹੀ ਨਹੀਂ ਕਿਹਾ ਜਾਂਦਾ ਸੀਗਾ। ਕਹਿੰਦੇ ਜੀ ਪੰਜਾਬ ਸਰਕਾਰ ਨੇ ਆਮ ਨਾਗਰਿਕਤਾ ਨੂੰ, ਆਮ ਨਾਗਰਿਕਾਂ ਨੂੰ 2 ਮਹੀਨਿਆਂ ਲਈ ਕਿੰਨੇ ਯੂਨਿਟ ਬਿਜਲੀ ਫਰੀ ਦਿੱਤੀ ਹੈ ਜੀ? 600 ਯੂਨਿਟ, 1 ਮਹੀਨੇ ਦੀ 300 ਯੂਨਿਟ ਬਿਜਲੀ। 2022 ਦੇ ਵਿੱਚ ਸਕੀਮ ਸ਼ੁਰੂ ਕੀਤੀ ਗਈ ਸੀ, ਕਿਹੜੀ ਤਰੀਕ ਸੀ ਉਹ ਤੁਸੀਂ ਦੱਸਣਾ। ਕਹਿੰਦੇ ਜੀ ਕਿਸ ਸਾਲ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ ਭੂਮੀ ਇੰਤਕਾਲ ਐਕਟ ਸੀ ਜਿਹੜਾ, 1901 ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਸਨ? ਤਾਂ 1905 ਦੇ ਵਿੱਚ ਭਾਈ, 1905 ਦੇ ਵਿੱਚ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ ਬਹੁਤ ਹੀ। ਨਹੀਂ ਨਹੀਂ 1905 ਨਹੀਂ, ਸੋਰੀ 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 ਸੋਰੀ, 1905 ਨਹੀਂ ਆਊਗਾ, 1905 ਜਦੋਂ ਬੰਗਾਲ ਦੀ ਵੰਡ ਹੋਈ ਸੀਗੀ। 1907, 1907 ਇਹਦਾ ਸਹੀ ਆਂਸਰ ਹੈਗਾ, ਹਾਂ ਸਹੀ ਹੈ। ਕਹਿੰਦੇ ਜੀ ਕਿਸ ਯੂਨੀਵਰਸਿਟੀ ਨੇ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਦੇ ਲਈ ਖੋਜ ਲਈ ਕਲਪਨਾ ਚਾਵਲਾ ਕੇਂਦਰ ਖੋਲ੍ਹਿਆ? ਕਲਪਨਾ ਚਾਵਲਾ ਉਹ ਪਹਿਲੀ ਔਰਤ ਹੈ ਜਿਹੜੀ ਸਪੇਸ ਦੇ ਵਿੱਚ ਗਈ ਸੀਗੀ, ਤਾਂ ਇਹ ਕਿਹੜੀ ਯੂਨੀਵਰਸਿਟੀ ਨੇ ਓਪਨ ਕੀਤਾ? ਸੋਹਣੇ ਉਹ ਪੁੱਛ ਰਹੇ ਨੇ, ਤਾਂ ਇਹ ਚੰਡੀਗੜ੍ਹ ਯੂਨੀਵਰਸਿਟੀ ਨੇ, ਠੀਕ ਹੈ ਜੀ, ਚੰਡੀਗੜ੍ਹ ਯੂਨੀਵਰਸਿਟੀ ਨੇ। ਚਲੋ ਜੀ, ਇਹਨਾਂ ਵਿੱਚੋਂ ਕਿਹੜਾ ਤਿਉਹਾਰ ਸਰਦੀਆਂ ਦੇ ਅੰਤ ਵਿੱਚ ਹੁੰਦਾ ਹੈਗਾ ਅਤੇ ਜਨਵਰੀ ਦੇ ਮਹੀਨੇ ਵਿੱਚ ਮਕਰ ਸੰਕ੍ਰਾਂਤੀ ਤੋਂ 1 ਦਿਨ ਪਹਿਲਾਂ ਮਨਾਇਆ ਜਾਂਦਾ ਹੈਗਾ? ਸੋ ਤੋਂ ਪ੍ਰਸ਼ਨ 2 ਪੁੱਛਿਆ ਜਾ ਸਕਦਾ ਕਿ ਇਹਨਾਂ 'ਚ ਕਿਹੜਾ ਤਿਉਹਾਰ ਮਕਰ ਸੰਕ੍ਰਾਂਤੀ ਤੋਂ 1 ਦਿਨ ਪਹਿਲਾਂ ਮਨਾਇਆ ਜਾਂਦਾ ਹੈਗਾ?
ਠੀਕ ਹੈ ਜੀ, ਕੁਛ ਵੀ ਪੁੱਛ ਸਕਦੇ। ਇਹ ਗੱਲ ਕਰ ਰਹੇ ਨੇ ਲੋਹੜੀ ਦੀ ਜੀ, ਲੋਹੜੀ ਦੀ ਗੱਲ ਕਰ ਰਹੇ ਨੇ, ਠੀਕ ਹੈ ਜੀ। ਕਹਿੰਦੇ ਮੁਰਸ਼ ਮਸਜਿਦ, ਜਿਹੜੀ ਮੁਰਸ਼ ਮਸਜਿਦ ਹੈਗੀ ਇਹ ਕਿੱਥੇ ਸਥਿਤ ਆ, ਕਰਵਾ ਕੇ ਗਿਆ ਹੋਇਆ ਪਿਛਲੀਆਂ ਵੀਡੀਓ ਦੇ ਵਿੱਚ ਦੱਸੋ ਕਿੱਥੇ ਸਥਿਤ ਹੈ। ਮੁਰਸ਼ ਮਸਜਿਦ ਨੂੰ ਮਾਰਾਕੇਸ਼ ਦੀ ਗ੍ਰੈਂਡ ਮਸਜਿਦ ਦੀ ਤਰਜ 'ਤੇ ਬਣਾਇਆ ਗਿਆ, ਇਹਦੀ ਕਾਪੀ ਕਰਕੇ ਬਣਾਇਆ ਗਿਆ ਹੈਗਾ। ਤਾਂ ਇਹ ਕਿੱਥੇ ਰਾਜੇ, ਇਹ ਮੋਰੋਕੋ ਦੇ ਵਿੱਚ ਹੈਗੀ, ਇਹ ਕਿੱਥੇ ਹੈਗੀ, ਇਹ ਜਿਹੜੀ ਮਸਜਿਦ ਆ ਇਹ ਮੋਰੋਕੋ ਦੇ ਵਿੱਚ ਹੈਗੀ। ਪੰਜਾਬ ਜਲ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈਗਾ, ਤਾਂ ਮੁੱਖ ਦਫ਼ਤਰ ਹੈਗਾ ਜੀ ਇਹਦਾ ਪਟਿਆਲਾ ਵਿਖੇ। ਕਹਿੰਦੇ ਜੀ ਮਾਰਚ 1948 ਦੇ ਵਿੱਚ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਜਿਹੜੀ ਆਪਣੀ ਨਵੀਂ ਰਾਜਧਾਨੀ ਹੈਗੀ 1952 ਦੇ ਵਿੱਚ ਆਪਣਾ ਉਹ ਬਣ ਗਿਆ ਸੀਗਾ ਆਪਣਾ ਚੰਡੀਗੜ੍ਹ, ਠੀਕ ਹੈ ਜੀ, 1952 ਦੇ ਵਿੱਚ ਰਾਜਧਾਨੀ ਬਣਾਤਾ ਸੀਗਾ, ਅਤੇ ਲਈ ਸਥਾਨ ਵਜੋਂ ਕਿਸ ਦੀ ਨੀਵੀਂ ਪਹਾੜੀ ਦੇ ਖੇਤਰ ਨੂੰ ਮਨਜ਼ੂਰੀ ਦਿੱਤੀ ਸੀਗੀ, ਸ਼ਿਵਾਲਿਕ ਦੇ ਰਾਜੇ, ਚੰਡੀਗੜ੍ਹ ਕੋਲ ਸ਼ਿਵਾਲਿਕ ਕਿਹਾ ਜਾਂਦਾ, ਰਾਜਧਾਨੀ ਕਹਿਤਾ ਸੀ ਇਹਨਾਂ ਨੇ। ਕਹਿੰਦੇ ਜੀ ਇਹਨਾਂ ਦੇ ਵਿੱਚੋਂ ਜੰਗਲ ਸੰਭਾਲ ਅੰਦੋਲਨ ਨਾਲ ਕਿਹੜਾ ਅੰਦੋਲਨ ਜੁੜਿਆ ਹੋਇਆ ਹੈਗਾ, ਠੀਕ ਹੈ ਜੀ, ਕਿਹੜਾ ਅੰਦੋਲਨ ਜੁੜਿਆ ਹੋਇਆ ਹੈ ਦੱਸੋ ਜੀ। ਇਹ ਜੁੜਿਆ ਹੋਇਆ ਚਿਪਕੋ ਅੰਦੋਲਨ ਸੁੰਦਰ ਲਾਲ ਵੱਲੋਂ ਜੀ, ਠੀਕ ਹੈ ਜੀ, ਜਿਹੜਾ ਆਪਣਾ ਸੁੰਦਰ ਲਾਲ ਬਰੋਹਣਾ ਸੀ ਉਹਦੇ ਵੱਲੋਂ ਰਾਜੇ ਇਹ ਜਿਹੜੀ ਚਿਪਕੋ ਮੂਵਮੈਂਟ ਸੀ ਇਹ ਸਟਾਰਟ ਕੀਤੀ ਗਈ ਸੀਗੀ, ਠੀਕ ਹੈ ਜੀ। ਇਹਦਾ ਪਰਪਸ ਕੀ ਸੀ, ਇਹਦਾ ਪਰਪਸ ਹੈਗਾ ਸੀ ਕਿ ਜੰਗਲਾਂ ਨੂੰ ਕਟਾਈ ਤੋਂ ਰੋਕਣਾ, ਠੀਕ ਹੈ ਜੀ। ਅਤੇ ਇਹ ਸਕੀਮ ਲਾਂਚ ਕੀਤੀ ਗਈ ਸੀ, ਇਹ ਸੋਰੀ ਮੂਵਮੈਂਟ ਲਾਂਚ ਕੀਤੀ ਗਈ ਸੀ 1973 ਦੇ ਵਿੱਚ, ਅਤੇ ਸਭ ਤੋਂ ਪਹਿਲਾਂ ਜਿੱਥੇ ਸਕੀਮ ਸ਼ੁਰੂ ਕੀਤੀ ਗਈ ਸੀ ਉਹ ਸ਼ੁਰੂ ਕੀਤੀ ਗਈ ਸੀ ਜੀ ਉੱਤਰਾਖੰਡ ਦੇ ਵਿੱਚ, ਠੀਕ ਹੈ ਜੀ। ਉੱਤਰਾਖੰਡ ਦੇ ਵਿੱਚ ਇਹ ਸਕੀਮ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ, ਉੱਥੇ ਗਰਵਾਲ ਨਾਂ ਦੇ ਜੰਗਲ ਸੀ ਉੱਥੇ ਸਕੀਮ ਲਾਂਚ ਕੀਤੀ ਗਈ ਸੀਗੀ, ਠੀਕ ਹੈ ਜੀ। ਚਲੋ ਕਹਿੰਦੇ 10ਵੀਂ ਸਦੀ ਦੇ ਵਿੱਚ ਬਣਿਆ ਨੂਰਪੁਰ ਕਿਲ੍ਹਾ ਕਿਸ ਸਾਲ ਭੂਚਾਲ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀਗਾ, ਇਹ ਪੁੱਛ ਰਹੇ ਨੇ ਜੀ ਆਪਾਂ ਤੋਂ, ਠੀਕ ਹੈ ਜੀ। ਤਾਂ ਇਹ ਤਬਾਹ ਹੋ ਗਿਆ ਸੀ ਜੀ 1905 ਦੇ ਵਿੱਚ, 1905 ਦੇ ਵਿੱਚ। ਕਹਿੰਦੇ ਜੀ ਜਿਹੜਾ ਆਰਥਿਕ ਸਰਵੇਖਣ ਦੇਖੀਏ ਜੇਕਰ ਆਪਾਂ, ਉਹਦੇ ਅਨੁਸਾਰ ਪੰਜਾਬ ਦੀ ਅਰਥ ਵਿਵਸਥਾ ਦੀ ਅਨੁਮਾਨਿਤ ਦਰ ਕਿੰਨੀ ਹੈ 2022 ਅਤੇ 23 ਦੇ ਅਕੋਰਡਿੰਗ ਦੇਖੀਏ, ਇਹ ਹੈਗੀ ਜੀ 6.08%। ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ 650 ਕਰੋੜ ਦੀ ਅਨੁਮਾਨਿਤ ਨਾਲ ਬੁੱਢਾ ਨਾਲਾ ਪ੍ਰੋਜੈਕਟ ਪੁਨਰ ਨਿਰਮਾਣ ਚੱਲ ਰਿਹਾ ਹੈ। ਸੋ ਉੱਥੋਂ ਇਹ ਪੁੱਛਿਆ ਜਾ ਸਕਦਾ ਕਿ ਬੁੱਢਾ ਨਾਲਾ ਕਿੱਥੇ ਸਥਿਤ ਹੈਗਾ, ਠੀਕ ਹੈ ਜੀ। ਤਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਚਰਚਾ ਵਾਲਾ ਪ੍ਰਸ਼ਨ ਹੈ ਇਹ ਲੁਧਿਆਣਾ ਦੇ ਵਿੱਚ। ਜਦੋਂ ਜੀ ਆਪਾਂ ਕਿਸੇ ਨੂੰ ਬੁਲਾਉਂਦੇ ਹਾਂ ਸਤਿ ਸ਼੍ਰੀ ਅਕਾਲ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਦਾ ਅਰਥ ਕੀ ਹੈ ਅਸਲ ਦੇ ਵਿੱਚ, ਕਿ ਰੱਬ ਸੱਚ ਹੈ, ਕਿ ਰੱਬ ਸੱਚ ਹੈ। ਕਹਿੰਦੇ ਜੀ ਜ਼ਿਲ੍ਹਿਆਂ ਵਾਲੇ ਬਾਗ ਦੇ ਘਸਾਕੇ ਤੋਂ ਦੁਖੀ ਹੋ ਕੇ ਕਿਹੜਾ ਵਿਅਕਤੀ ਹੈ ਜਿਹਨੇ ਆਪਦਾ ਨਾਈਟਹੁੱਡ ਪੁਰਸਕਾਰ ਹੈ ਜਿਹੜਾ ਉਹ ਵਾਪਸ ਕਰਤਾ ਸੀ। ਜਿਹੜੇ ਬੰਦੇ ਨੂੰ ਨਾਈਟਹੁੱਡ ਪੁਰਸਕਾਰ ਮਿਲ ਜਾਂਦਾ ਰਾਜੇ, ਇੱਕ ਤਰ੍ਹਾਂ ਦੀ ਆਪਾਦੀ ਹੈ, ਉਹ ਬੰਦੇ ਦੇ ਨਾਮ ਉਹਦੇ ਸਿਰ ਲੱਗਣ ਲੱਗ ਜਾਂਦਾ ਹੈਗਾ। ਤਾਂ ਰਾਜੇ ਇਹ ਕੰਮ ਕੀਤਾ ਸੀ ਰਵਿੰਦਰ ਨਾਥ ਟੈਗੋਰ ਜੀ ਨੇ, ਅਤੇ ਮਹਾਤਮਾ ਗਾਂਧੀ ਜੀ ਨੇ ਵੀ ਆਪਦਾ ਕੇਸਰੇ ਹਿੰਦ, ਇੱਕ ਬੋਰਵਾਰ ਹੋਈ ਸੀ, ਬੋਰਵਾਰ ਉਦੋਂ ਨਾ ਜਿਹੜੇ ਉੱਥੇ ਅੰਗਰੇਜ਼ਾਂ ਅਤੇ ਕਾਲਿਆਂ ਦੇ ਵਿਚਕਾਰ ਜੰਗ ਲੱਗ ਗਈ ਸੀਗੀ, ਤਾਂ ਜਿਹੜੇ ਜੰਗ ਦੇ ਦੌਰਾਨ ਜ਼ਖਮੀ ਹੁੰਦੇ ਸੀ ਉਹਨਾਂ ਨੂੰ ਮਹਾਤਮਾ ਗਾਂਧੀ ਜੀ ਐਂਬੂਲੈਂਸ ਕਰਾ ਕੇ ਹਸਪਤਾਲ ਲੈ ਕੇ ਜਾਂਦੇ ਸੀ। ਤਾਂ ਉਹ ਚੀਜ਼ ਤੋਂ ਖੁਸ਼ ਹੋ ਕੇ ਇਹਨਾਂ ਨੂੰ ਹਾਰਡਿੰਗ ਵੱਲੋਂ ਇਹ ਕੇਸਰੇ ਹਿੰਦ ਦੀ ਉਪਾਧੀ ਦਿੱਤੀ ਗਈ ਸੀ, ਜਿਹੜੀ ਇਹਨਾਂ ਨੇ ਵੀ ਵਾਪਸ ਕਰਤੀ ਸੀ 1919 ਦੀ ਘਟਨਾ ਤੋਂ ਬਾਅਦ, ਠੀਕ ਹੈ ਜੀ।
ਏ ਨੰਬਰ ਆਪਸ਼ਨ ਹੈ ਇਸਦਾ, ਵੈਸੇ ਉਹ ਨਾਲ ਤੁਹਾਨੂੰ ਕਰਵਾਤਾ ਸੀ। ਕਹਿੰਦੇ ਜੀ ਪੰਜਾਬ ਦੇ ਰਾਜ ਦੇ ਵਿੱਚ ਝੋਨੇ ਦੀ ਉਤਪਾਦਕਤਾ ਦਾ 1.99 LMT ਰਿਕਾਰਡ ਕਿਸ ਸਾਲ ਉਤਪਾਦਨ ਕੀਤਾ ਗਿਆ ਸੀਗਾ, ਠੀਕ ਹੈ ਜੀ, ਕਿ ਰਿਕਾਰਡ ਬਣਾਤਾ ਸੀ ਇੱਕ ਤਰ੍ਹਾਂ ਨਾਲ, ਕਿ ਕਾਫੀ ਮਾਤਰਾ ਦੇ ਵਿੱਚ ਹੋਇਆ ਸੀ 2017 ਅਤੇ 18 ਦੇ ਵਿੱਚ। ਕਹਿੰਦੇ ਜੀ ਪੰਜਾਬ ਅਰਬਨ ਪਲੈਨਿੰਗ ਐਂਡ ਡਿਵਲਪਮੈਂਟ ਅਥਾਰਟੀ ਹੈ ਜਿਹੜੀ, ਇਹਦਾ ਕਹਿੰਦੇ ਮੁੱਖ ਦਫ਼ਤਰ ਕਿੱਥੇ ਸਥਿਤ ਹੈ, ਇਹਨਾਂ ਦੇ ਵਿੱਚੋਂ ਕਿੱਥੇ ਸਥਿਤ ਆ? ਇਹ ਸਥਿਤ ਆ ਜੀ ਮੋਹਾਲੀ ਦੇ ਵਿੱਚ। ਪੱਟੀ ਰਾਓ ਦੁਆਰਾ ਪੰਜਾਬ ਦਾ ਕਿਹੜਾ ਕਿਲ੍ਹਾ ਬਣਾਇਆ ਗਿਆ ਸੀਗਾ? ਪੱਟੀ ਰਾਓ ਨਾਲ, ਪੱਟੀ ਰਾਓ ਨੇ ਪੰਜਾਬ ਦਾ ਬਣਾਇਆ ਸੀ ਬਠਿੰਡਾ ਕਿਲ੍ਹਾ ਜੀ। ਮਾਨਚੈਸਟਰ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ? ਲੁਧਿਆਣੇ ਨੂੰ ਕਿਹਾ ਜਾਂਦਾ ਗਾ, ਠੀਕ ਹੈ ਜੀ। ਮਾਨਚੈਸਟਰ ਦਾ ਮਤਲਬ ਕੀ ਹੁੰਦਾ? ਮਾਨਚੈਸਟਰ ਦਾ ਮਤਲਬ ਜਿੱਥੇ ਰਾਜੇ ਉਦਯੋਗ ਫੈਕਟਰੀਆਂ ਜ਼ਿਆਦਾ ਹੋਣ, ਠੀਕ ਹੈ ਜੀ, ਜਿੱਥੇ ਉਦਯੋਗ ਫੈਕਟਰੀਆਂ ਜ਼ਿਆਦਾ ਹੋਣ ਉਹ ਏਰੀਏ ਨੂੰ ਕੀ ਕਿਹਾ ਜਾਂਦਾ ਹੁੰਦਾ ਗਾ? ਉਹਨੂੰ ਮਾਨਚੈਸਟਰ ਆਫ ਪੰਜਾਬ ਕਿਹਾ ਜਾਂਦਾ ਗਾ। ਪੰਜਾਬ ਦਾ ਏਰੀਆ ਜਿਹੜਾ ਲੁਧਿਆਣਾ ਗਾ, ਇੱਥੇ ਫੈਕਟਰੀਆਂ ਜ਼ਿਆਦਾ ਹੈ, ਠੀਕ ਹੈ ਜੀ, ਤਾਂ ਕਰਕੇ। ਜੇਕਰ ਆਪਾਂ ਦੇਖੀਏ ਕਿ ਮਾਨਚੈਸਟਰ ਆਫ ਕਈ ਵਾਰ ਤੁਹਾਨੂੰ ਇੱਥੇ ਪੰਜਾਬ ਕੱਟ ਕੇ ਇੰਡੀਆ ਲਿਖ ਦਿੰਦੇ, ਫਿਰ ਆਪਣਾ ਮਾਨਚੈਸਟਰ ਆਫ ਇੰਡੀਆ ਕਿਹੜਾ ਹੋਣਾ ਸੀ ਰਾਜੇ? ਫਿਰ ਆਪਣਾ ਆਉਣਾ ਸੀ ਅਹਿਮਦਾਬਾਦ। ਫਿਰ ਆਪਣਾ ਕਿਹੜਾ ਹੋਣਾ ਸੀ ਸੁਣਿਓ? ਅਹਿਮਦਾਬਾਦ ਹੋਣਾ ਸੀਗਾ, ਇਹ ਗੱਲ ਯਾਦ ਰੱਖਣੀ। ਅਤੇ ਅਹਿਮਦਾਬਾਦ ਕਿਹੜੇ ਰਾਜ ਦੇ ਵਿੱਚ ਆ ਜਾਂਦਾ ਜੀ? ਗੁਜਰਾਤ ਦੇ ਵਿੱਚ, ਠੀਕ ਹੈ ਜੀ। ਚਲੋ, ਗੁਰਦੁਆਰਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕਦੋਂ ਹੋਈ ਸੀ? 1920 ਦੇ ਵਿੱਚ, ਠੀਕ ਹੈ ਜੀ। ਗੁਰਦੁਆਰਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕਦੋਂ ਹੋਈ ਸੀ ਜੀ? 1920 ਦੇ ਵਿੱਚ। ਇਹਨੂੰ ਰਾਜੇ ਵੈਸੇ ਆਪਾਂ SGPC ਦੇ ਨਾਮ ਨਾਲ ਜਾਣਦੇ ਹਾਂ, ਠੀਕ ਹੈ ਜੀ। ਕਿਹਦੇ ਨਾਂ ਨਾਲ ਜਾਣਦੇ ਹਾਂ? SGPC ਦੇ ਨਾਂ ਨਾਲ ਜਾਣਦੇ ਹਾਂ। ਅਤੇ ਇਹਦਾ ਫਾਊਂਡਰ ਕੌਣ ਸੀ ਜੀ SGPC ਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦਾ ਰਾਜੇ ਜਿਹੜਾ ਬਣਿਆ ਸੀ ਉਹ ਬਣਿਆ ਸੀ ਬਾਬਾ ਖੜਕ ਸਿੰਘ ਜੀ, ਠੀਕ ਹੈ ਜੀ। ਬਾਬਾ ਖੜਕ ਸਿੰਘ ਜੀ ਬਣਾਏ ਗਏ ਸੀ। ਅਤੇ ਪਹਿਲੀ ਵੂਮੈਨ ਕਿਹੜੀ ਹੈ, ਔਰਤ ਕਿਹੜੀ ਹੈ ਜਿਹੜੀ SPC ਦੀ ਪ੍ਰਧਾਨ ਬਣੀ ਸੀ? ਬੀਬੀ ਜੰਗੀਰ ਕੌਰ। ਇਹ ਪ੍ਰਸ਼ਨ ਵੀ ਪੇਪਰ ਦੇ ਵਿੱਚ ਕਈ ਵਾਰੀ ਰਿਪੀਟ ਹੋਇਆ ਹੈਗਾ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈਗੀ, ਠੀਕ ਹੈ ਜੀ। ਅਤੇ ਬਾਕੀ ਜੇਕਰ ਤੁਹਾਡੇ ਕੋਈ ਪੁੱਛ ਲਈ ਕਿ ਸਭ ਤੋਂ ਜ਼ਿਆਦਾ ਸਮੇਂ ਤੱਕ SGPC ਦਾ ਪ੍ਰਧਾਨ ਕੌਣ ਹੈਗਾ, ਉਹ ਹੈਗਾ ਜੀ ਗੁਰਚਰਨ ਸਿੰਘ ਟੌੜਾ, ਠੀਕ ਹੈ ਜੀ, ਗੁਰਚਰਨ ਸਿੰਘ ਟੌੜਾ। ਬਸ ਇੰਨਾ ਯਾਦ ਕਰ ਲਿਓ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ ਜੀ। SGPC ਐਕਟ ਬਾਰੇ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾ ਕਿ ਐਕਟ ਕਦੋਂ ਪਾਸ ਹੋਇਆ ਸੀ? SGPC ਕਿਹੜੇ ਸਾਲ ਐਕਟ ਪਾਸ ਹੋਇਆ ਸੀ ਰਾਜੇ? ਸਥਾਪਨਾ ਦਾ ਰਾਜੇ ਇਹਦੀ ਹੋ ਗਈ ਸੀ 1920 ਦੇ ਵਿੱਚ। ਜਿਹੜਾ ਐਕਟ ਪਾਸ ਹੋਇਆ ਸੀ ਜਿਹਦੇ ਤਹਿਤ ਵੋਟਾਂ ਪੈ ਕੇ ਉਹ ਕੰਮ ਸ਼ੁਰੂ ਹੋ ਗਿਆ ਸੀ, ਉਹ ਹੋਇਆ ਸੀ 1925 ਦੇ ਵਿੱਚ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਚਲੋ ਜੀ, ਕਹਿੰਦੇ ਜੋਰਾਵਰ ਸਿੰਘ ਜੋ ਕਿ ਆਪਣੇ ਸਟੇਜ ਨਾਮ ਨੂਰ ਜਾਰਾ ਨਾਲ ਜਾਣਿਆ ਜਾਂਦਾ ਗਾ, ਪੰਜਾਬ ਦੇ ਹੇਠ ਲਿਖੇ ਨਾਚਾਂ ਵਿੱਚੋਂ ਕਿਸ ਨਾਲ ਸੰਬੰਧਿਤ ਸੀਗਾ ਜਾਂ ਸੰਬੰਧਿਤ ਹੈ, ਠੀਕ ਹੈ ਜੀ? ਤਾਂ ਇਹ ਸੰਬੰਧਿਤ ਹੈਗਾ ਜੀ ਗਿੱਧੇ ਨਾਲ। ਕੀਰਤੀ ਕਿਸਾਨ ਸਭਾ ਦੀ ਸਥਾਪਨਾ ਕਿਸ ਸਾਲ ਹੋਈ ਸੀਗੀ? ਇਹਦੀ ਸਥਾਪਨਾ ਹੋਈ ਸੀ ਜੀ 1928 ਦੇ ਵਿੱਚ। ਸੁਰਖਜੀਤ ਮੈਗਾ ਫੂਡ ਪਾਰਕ ਐਂਡ ਇਨਫਰਾ ਲਿਮਿਟਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ? ਇਹ ਪੁੱਛ ਰਹੇ ਨੇ, ਇਹ ਹੈਗਾ ਜੀ ਕਪੂਰਥਲੇ ਦੇ ਵਿੱਚ ਸਥਿਤ। ਪ੍ਰਸਿੱਧ ਜਿਹੜਾ ਮੇਲਾ ਲੱਗਦਾ ਗਾ, ਸੰਮੇਲਨ ਹੁੰਦਾ, ਸੋਰੀ, ਸੰਗੀਤ ਸੰਮੇਲਨ, ਬਾਬਾ ਹਰਵੱਲਭ ਸੰਗੀਤ ਸੰਮੇਲਨ, ਇਹ ਕਿਸ ਮਹੀਨੇ ਹੁੰਦਾ ਗਾ, ਕਿੱਥੇ ਹੁੰਦਾ ਤੁਸੀਂ ਦੱਸਿਓ? ਬਹੁਤ ਵਾਰੀ ਰਿਪੀਟ ਹੋਇਆ ਹੋਇਆ ਦਸੰਬਰ ਦੇ ਵਿੱਚ।
ਕਹਿੰਦੇ ਜੀ ਵੰਡ ਸਮੇਂ ਰਾਵੀ ਦੇ ਪੂਰਬੀ ਕੰਢੇ ਤੇ ਸਥਿਤ ਗੁਰਦਾਸਪੁਰ ਜ਼ਿਲ੍ਹੇ ਦੀਆਂ ਕਿੰਨੀਆਂ ਤਹਿਸੀਲਾਂ ਭਾਰਤ ਨੂੰ ਦੇ ਦਿੱਤੀਆਂ ਗਈਆਂ ਸੀਗੀਆਂ? 3 ਤਹਿਸੀਲਾਂ। ਪੰਜਾਬ ਨਾਲ ਧੱਕਾ ਤਾਂ ਬਹੁਤ ਹੁੰਦਾ ਹੈ ਯਾਰ। ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀਗੀ? ਠੀਕ ਹੈ ਜੀ, ਇਹਦੀ ਸਥਾਪਨਾ ਕੀਤੀ ਗਈ ਸੀ ਜੀ 2013 ਦੇ ਵਿੱਚ। ਬਹਾਦਰਗੜ੍ਹ ਦਾ ਕਿਲ੍ਹਾ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ? ਪਟਿਆਲਾ ਦੇ ਵਿੱਚ। ਕਹਿੰਦੇ ਜੀ ਸਿੱਖਾਂ ਦੇ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਸੀ, ਜਿਨ੍ਹਾਂ ਨੂੰ ਭਾਈ ਲਹਿਣੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਗਾ। ਇਹਨਾਂ ਦਾ ਜਨਮ ਕਿੱਥੇ ਹੋਇਆ ਸੀ? ਸਰਾਏ ਨਾਗਾ। ਠੀਕ ਹੈ ਜੀ। ਸੰਘੋਲ ਕਹਿੰਦੇ ਇੱਕ ਇਤਿਹਾਸਕ ਹੈ ਜਿਹੜਾ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਦੋਨਾਂ 'ਚੋਂ ਕਿਹਦੇ ਨਾਲ ਸੰਬੰਧਿਤ ਆ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ। ਸੰਘੋਲ ਇੱਕ ਇਤਿਹਾਸਕ ਪਿੰਡ ਹੈ, ਕਿਉਂਕਿ ਚੀਜ਼ਾਂ ਸਾਰੀਆਂ ਥਿਊਰੀ 'ਚ ਕਰਵਾ ਕੇ ਗਈਆਂ ਹੋਈਆਂ, ਕਰਾ ਕੇ ਗਏ ਹੋਏ ਆ ਆਪਾਂ ਤੁਹਾਨੂੰ। ਅਤੇ ਇਹ ਕਿਹੜੇ ਜ਼ਿਲ੍ਹੇ 'ਚ ਸਥਿਤ ਹੈ ਜੀ ਸੰਘੋਲ? ਦੱਸੋ ਜੀ, ਫਤਿਹਗੜ੍ਹ ਸਾਹਿਬ। ਠੀਕ ਹੈ ਜੀ। ਤਾਂ ਇਹ ਨਾ ਰਾਜੇ ਆਪਣੇ ਇਹ ਐੱਮ ਸੀ ਕਿਊ ਜਿਹੜੀ ਮੈਰਾਥਨ ਕਲਾਸ 367 ਐੱਮ ਸੀ ਕਿਊ ਤੁਹਾਨੂੰ ਮੈਂ ਕੋਲ ਕਰਵਾ ਤੇ, 350 ਐੱਮ ਸੀ ਕਿਊ ਤੁਹਾਨੂੰ ਮੈਂ ਪੋਲਟਰੀ ਦੇ ਕਰਵਾ ਤੇ। ਠੀਕ ਹੈ ਜੀ, ਇਹਨੂੰ ਚੰਗੀ ਤਰ੍ਹਾਂ ਕੰਪਲੀਟ ਕਰ ਲਓ। ਪੰਜਾਬ ਦੇ ਪੇਪਰਾਂ ਦੇ ਵਿੱਚ ਜਿਹੜੇ ਹੋ ਰਹੇ, ਇਦੋਂ ਬਾਅਦ ਤੁਹਾਨੂੰ ਪ੍ਰੈਸ਼ਨ ਨਹੀਂ ਆਊਗਾ, ਕਾਫੀ ਜ਼ਿਆਦਾ ਚਾਂਸ ਹੈਗੇ। ਬਾਕੀ ਦਾ ਜਿਹੜੇ ਬੱਚੇ ਨੇ ਪਟਵਾਰੀ ਦਾ, ਪੰਜਾਬ ਪੁਲਿਸ ਦਾ, ਜਾਂ ਪੰਜਾਬ ਦਾ ਕੋਈ ਵੀ ਅੱਗੇ ਵੀ ਪੇਪਰ ਲੈਣਾ, ਕਿਉਂਕਿ ਰਾਜੇ ਸਟੈਟਿਕ ਜੀਕੇ ਦੇ ਪ੍ਰੈਸ਼ਨ ਹੈ, ਭਾਵੇਂ ਤੋਂ 10 ਸਾਲਾਂ ਤੱਕ ਪੇਪਰ ਦੇ ਜਾਓ, ਇਹਦੇ ਵਿੱਚੋਂ ਹੀ ਆਊਗਾ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ।